ਅਣਖਿਆਣ ਤੇ ਧਰਮੀ ਉਤੋਂ ਖਾਲਸਾ ਹੱਸ ਹੱਸ ਜਾਂਦਾ ਵਾਰਦਾ ਵਾਰਦਾ ਹੱਸ ਹੱਸ ਜਾਂਦਾ ਵਾਰਦਾ ਵਾਰਦਾ ਹੱਸ ਹੱਸ ਜਾਂਦਾ ਵਾਰਦਾ ਸੋ ਸਮਾਂ ਬਹੁਤ ਕੀਮਤੀ ਹੈ ਮੈਂ ਕੀਮਤੀ ਸਮੇਂ ਦੀ ਕਦਰ ਕਰਦੇ ਹੋਏ ਆਪਣੇ ਢਾਡੀ ਜਥੇ ਸਮੇਤ ਗੁਰ ਇਤਿਹਾਸ ਰਾਹੀਂ ਤੁਹਾਡੀ ਸੇਵਾ ਕਰਨ ਦਾ ਚਾਹਵਾਨ ਹਾਂ ਸੋ ਫਤਿਹ ਬਖਸ਼ ਕੇ ਕੁਝ ਕਹਿਣ ਦੀ ਆਗਿਆ ਬਖਸ਼ੋ ਆਓ ਸਰਬੱਤਰ ਮਾਈ ਭਾਈ ਸਾਹਿਬ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਸਾਡੇ ਸਾਹਮਣੇ ਇੱਕ ਚੀਜ਼ ਆ ਕੇ ਖਲੋਂਦੀ ਏ ਕਿ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੰਨੀ ਵੱਡੀ ਵਿਸ਼ੇਸ਼ ਕਿਰਪਾ ਬਾਬਾ ਦੀਪ ਸਿੰਘ ਜੀ ਹੋਣਾ ਤੇ ਹੋਵੇਗੀ ਕਿ ਰਹਿੰਦੀ ਦੁਨੀਆ ਤੱਕ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਸਿੱਖਾਂ ਦੀ ਜ਼ੁਬਾਨ ਤੇ ਰਹਿੰਦਾ ਹੈ ਤੇ ਰਹੇਗਾ ਗੁਰਬਾਣੀ ਦਾ ਇੱਕ ਸ਼ਬਦ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਦੁਨੀਆਂ ਤੇ ਹਰ ਬੰਦੇ ਦਾ ਆਉਣਾ ਧੰਨ ਨਹੀਂ ਹੈਗਾ ਮੇਰੇ ਵਰਗੇ ਲੱਖਾਂ ਹੀ ਜੰਮ ਰਹੇ ਆ ਲੱਖਾਂ ਹੀ ਮਰ ਰਹੇ ਆ ਕੋਈ ਗਿਣਤੀ 'ਚ ਨਹੀਂ ਹੈਗੇ ਲੱਖਾਂ ਲੋਕ ਆ ਰਹੇ ਆ ਲੱਖਾਂ ਲੋਕ ਜਾ ਰਹੇ ਆ ਪਰ ਤੁਸੀਂ ਹਰ ਬੰਦੇ ਦੇ ਆਏ ਨੂੰ ਧੰਨ ਨਹੀਂ ਕਹਿ ਸਕਦੇ ਵੀ ਬੜਾ ਧੰਨ ਆ ਜੀ ਬਹੁਤ ਧੰਨ ਆ ਜਿਹਨੇ ਸਾਰੀ ਉਮਰ ਚੋਰੀ ਚਕਾਰੀ ਕੀਤੀ ਆ ਜਦੋਂ ਤੁਸੀਂ ਉਸ ਬੰਦੇ ਦਾ ਜ਼ਿਕਰ ਕਰੋਗੇ ਤੁਹਾਡੇ ਸਾਹਮਣੇ ਉਸ ਬੰਦੇ ਦੇ ਨਾਲ ਨਾਲ ਉਹਦੀ ਚੋਰੀ ਚਕਾਰੀ ਵੀ ਤਾਂ ਖਲੋਣੀ ਆ ਵੀ ਇਹਨੇ ਕਰਤੂਤਾਂ ਮਾੜੀਆਂ ਕੀਤੀਆਂ ਸਾਰੀ ਉਮਰ ਜਿਹਨੇ ਸਾਰੀ ਉਮਰ ਨਸ਼ਾ ਪੱਤਾ ਪੀ ਛੱਡਿਆ ਵੇਚ ਛੱਡਿਆ ਜਦੋਂ ਤੁਸੀਂ ਉਹੋ ਜਿਹੇ ਬੰਦੇ ਦਾ ਜ਼ਿਕਰ ਕਰੋਗੇ ਤੁਹਾਡੇ ਸਾਹਮਣੇ ਉਹਦੇ ਕੰਮ ਨਾਲ ਹੀ ਖਲੋ ਜਾਣੇ ਵੀ ਇਹ ਬੰਦਾ ਇਦਾਂ ਦਾ ਸੀ ਪਰ ਬਹੁਤ ਘੱਟ ਰੂਹਾਂ ਨੇ ਜਿਨ੍ਹਾਂ ਦਾ ਜ਼ਿਕਰ ਕਰੋ ਤੇ ਤੁਹਾਡੇ ਸਾਹਮਣੇ ਗੁਰੂ ਖਲੋ ਜਾਵੇ ਆ ਕੇ ਹੁਣ ਬਾਬਾ ਦੀਪ ਸਿੰਘ ਦਾ ਜ਼ਿਕਰ ਕਰੋ ਤੁਸੀਂ ਕਿਤੇ ਕਰ ਦਿਓ ਦੁਨੀਆਂ ਦੇ ਕੋਨੇ 'ਚ ਤੇ ਕਦੀ ਹੋ ਨਹੀਂ ਸਕਦਾ ਕਿ ਗੁਰੂ ਰਾਮਦਾਸ ਦਾ ਚੇਤਾ ਹੀ ਨਾ ਆਵੇ ਤੁਹਾਨੂੰ ਬਾਬਾ ਦੀਪ ਸਿੰਘ ਦਾ ਨਾਂ ਲਓ ਗੁਰੂ ਰਾਮਦਾਸ ਦਾ ਨਾਂ ਲੈਣਾ ਹੀ ਪੈ ਜਾਣਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਕਰੋ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਹੀ ਖਲੋ ਜਾਣਾ ਆ ਕੇ ਭਾਈ ਮਰਦਾਨੇ ਦਾ ਜ਼ਿਕਰ ਕਰੋ ਗੁਰੂ ਨਾਨਕ ਨੇ ਨਾਲ ਹੀ ਖਲੋ ਜਾਣਾ ਆ ਕੇ ਇਹਨਾਂ ਦਾ ਹੈ ਆਉਣਾ ਧੰਨ 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 ਜਨ ਆਇਆ ਜਿਹਦਾ ਨਾਂ ਲੈ ਕੇ ਜਿਹਨੂੰ ਚੇਤੇ ਕਰਕੇ ਪ੍ਰਭੂ ਪਰਮਾਤਮਾ ਚੇਤੇ ਆ ਜਾਵੇ ਬੰਦਿਆ ਤੇਰੀ ਜ਼ਿੰਦਗੀ ਕੁਝ ਇਦਾਂ ਦੀ ਹੋਣੀ ਚਾਹੀਦੀ ਆਪਾਂ ਇਕੱਠੇ ਕਾਹਦੇ ਲਈ ਹੋਏ ਆ ਢਾਡੀ ਸੁਣੇ ਰਾਗੀ ਸੁਣੇ ਲੰਗਰ ਪਾਣੀ ਛਕਿਆ ਘਰ ਨੂੰ ਚਲੇ ਗਏ ਦੈਟਸ ਇਟ ਇਹ ਸਾਡਾ ਕੰਮ ਨਹੀਂ ਹੈਗਾ ਸਾਡੀ ਬਹੁਤਿਆਂ ਦੀ ਸੋਚ ਇਹੋ ਹੀ ਆ ਵੀ ਬਸ ਇੱਥੇ ਹੀ ਕੰਮ ਨਿਬੜ ਜਾਂਦਾ ਕੰਮ ਇੱਥੇ ਨਹੀਂ ਸੀ ਨਿਬੜਨਾ ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਉਹਨਾਂ ਦੇ ਜੀਵਨ ਤੋਂ ਕੁਝ ਸਿੱਖੀਦਾ ਸੋ ਆਓ ਸਮਾਂ ਬੜਾ ਕੀਮਤੀ ਜਿਹਾ ਇਹ ਵਿਚਾਰਾਂ ਖੁੱਲੀਆਂ ਨੇ ਪਰ ਮੈਂ ਢਾਡੀ ਬੁਲਾਰਾ ਹਾਂ ਮੈਨੂੰ ਇਤਿਹਾਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਤੁਸ਼ ਸੇਵਾ ਅਨੁਸਾਰ ਨਿਭਾਉਣ ਦਾ ਯਤਨ ਕਰਾਂ ਆਓ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਦਿੱਲੀ ਜਾਓ
ਜਮਣਾ ਦੇ ਲਾਗੇ ਇੱਕ ਪਿੰਡ ਵੱਸਦਾ ਸੀ ਪੁਰਾਣੇ ਜ਼ਮਾਨੇ 'ਚ, ਜਿਹਨੂੰ ਭੋਗਲ ਕਹਿੰਦੇ ਆ। ਹੁਣ ਉਹ ਦਿੱਲੀ ਦਾ ਹਿੱਸਾ ਹੀ ਆ, ਕਿਉਂਕਿ ਸ਼ਹਿਰ ਖਿਲਰ ਗਿਆ। ਕਦੀ ਉਹ ਦਿੱਲੀ ਤੋਂ ਪਾਸੇ ਜਮਣਾ ਦਰਿਆ ਤੋਂ ਪਾਰ ਸੀ, ਪਿੰਡ ਭੋਗਲ। ਪਿੰਡ ਭੋਗਲ ਦੇ ਵਿੱਚੋਂ ਬੜੇ ਪੁਰਾਣੇ ਜ਼ਮਾਨੇ 'ਚ ਇੱਕ ਜ਼ਿਮੀਂਦਾਰ ਉੱਠਿਆ। ਮੱਝਾਂ ਗਾਵਾਂ ਬਹੁਤ ਸੀ, ਮਾਲ ਡੰਗਰ ਬਹੁਤ ਸੀ, ਪਰਿਵਾਰ ਬੜਾ ਵੱਡਾ ਸੀ। ਹੁਣ ਜਿਹੜੇ ਬੰਦੇ ਦੇ ਕੋਲ ਮਾਲ ਡੰਗਰ ਆ, ਉਹਨੂੰ ਇੱਕ ਚੀਜ਼ ਚਾਹੀਦਾ, ਘਾਹ ਪੱਠਾ। ਡੰਗਰਾਂ ਦੇ ਵਾਸਤੇ ਘਾਹ ਪੱਠਾ ਚਾਹੀਦਾ। ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗਲ ਦੇ ਵਿੱਚੋਂ ਉੱਠਿਆ, ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਮਾਲ ਡੰਗਰ ਨੂੰ ਲੈ ਕੇ ਤੇ ਪੰਜਾਬ ਵੱਲ ਨੂੰ ਵਧਿਆ। ਦਰਿਆ ਸਤਲੁਜ ਪਾਰ ਕੀਤਾ, ਦੁਆਬੇ 'ਚ ਚਲਾ ਗਿਆ। ਉਹਨੇ ਦਰਿਆ ਪਿਆਸਾ ਪਾਰ ਕੀਤਾ ਤੇ ਫਿਰ ਉਹਨੇ ਮਾਝੇ 'ਚ ਪੈਰ ਰੱਖ ਲਿਆ। ਬੰਦਾ ਉੱਠਿਆ ਸੀ ਭੋਗਲ ਪਿੰਡ ਦੇ ਵਿੱਚੋਂ, ਚੇਤੇ ਰੱਖਿਓ, ਸ਼ਾਇਦ ਤੁਹਾਡੇ ਲਈ ਕੁਝ ਨਵਾਂ ਹੋਵੇ ਇਹਦੇ 'ਚ। ਪਿੰਡ ਭੋਗਲ ਵਿੱਚੋਂ ਉੱਠਿਆ ਹੋਇਆ ਉਹ ਜ਼ਿਮੀਂਦਾਰ ਪਰਿਵਾਰ ਲੈ ਕੇ, ਮਾਲ ਡੰਗਰ ਲੈ ਕੇ, ਚੰਗੀ ਥਾਂ ਲੱਭਦਾ ਲੱਭਦਾ, ਚੰਗੀ ਜਗ੍ਹਾ ਲੱਭਦਾ ਲੱਭਦਾ, ਉਹ ਧੁਰ ਮਾਝੇ ਦੇ ਵਿੱਚ ਚਲਾ ਗਿਆ। ਇੱਕ ਥਾਂ ਉਹਨੂੰ ਬੜੀ ਪਸੰਦ ਆਈ, ਇੱਕ ਜਗ੍ਹਾ ਉਹਨੂੰ ਬੜੀ ਪਸੰਦ ਆਈ, ਜਿੱਥੇ ਉਹਨੂੰ ਪਤਾ ਸੀ ਉਹਦੇ ਮੱਝਾਂ ਗਾਵਾਂ ਦੇ ਵਾਸਤੇ ਘਾਹ ਪੱਠਾ ਚੰਗਾ ਲੱਭ ਸਕਦਾ ਵਾ। ਉੱਥੇ ਜਾ ਕੇ ਉਹਨੇ ਆਪਣੇ ਨਾਂ ਦੀ ਮੋੜੀ ਕੱਢ ਕੇ ਤੇ ਆਪਣੇ ਨਾਂ ਦਾ ਪਿੰਡ ਬਣਾ ਦਿੱਤਾ। ਆ ਜਿੰਨੇ ਕੁ ਤੁਸੀਂ ਬੰਦਿਆਂ ਦੇ ਨਾਵਾਂ ਦੇ ਪਿੰਡ ਵੇਖੋਗੇ ਨਾ, ਉਹ ਇੱਦਾਂ ਹੀ ਬਣੇ ਆ, ਕਿਉਂਕਿ ਪੁਰਾਣੇ ਜ਼ਮਾਨੇ 'ਚ ਪਰਿਵਾਰ ਦੇ ਮੈਂਬਰ ਜ਼ਿਆਦੇ ਨੇ। ਜੇ ਇੱਕ ਬਾਪੂ ਦੇ ਪੰਜ ਛੇ ਬੱਚੇ ਆ, ਉਹਨਾਂ ਦੇ ਗਾਂਹ ਪੰਜ ਪੰਜ ਛੇ ਹੋਣਗੇ, ਗਾਂਹ ਪੰਜ ਪੰਜ ਛੇ ਛੇ ਹੋਣਗੇ, ਵਹਿੰਦਿਆਂ ਵਹਿੰਦਿਆਂ ਉਸ ਪਰਿਵਾਰ ਦੇ ਵਿੱਚ 60-70 ਮੈਂਬਰ ਹੋ ਗਏ। ਤੇ ਜਿੱਥੇ ਕੁ ਜਾ ਕੇ ਉਹ ਬੰਦੇ ਬਹਿ ਜਾਂਦੇ ਸੀ, ਉੱਥੇ ਆਪਣੇ ਨਾਂ ਦੀ ਇੱਕ ਢਾਣੀ ਬਣਾ ਲੈਂਦੇ ਸੀ, ਆਪਣੇ ਨਾਂ ਦਾ ਇੱਕ ਪਿੰਡ ਵੱਸ ਗਿਆ। ਇਸੇ ਤਰ੍ਹਾਂ ਬੰਦਿਆਂ ਦੇ ਨਾਵਾਂ 'ਤੇ ਪਿੰਡ ਵੱਸੇ ਆ। ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗਲ ਵਿੱਚੋਂ ਉੱਠਿਆ ਹੈ, ਉਹਨੇ ਆਪਣੇ ਨਾਂ ਦੇ ਉੱਤੇ ਮਾਝੇ ਵਿੱਚ ਜਾ ਕੇ ਇੱਕ ਪਿੰਡ ਵਸਾਇਆ। ਉਸ ਜ਼ਿਮੀਂਦਾਰ ਦਾ ਨਾਂ ਹੈ ਭਿੱਖੀ। ਉਹਦੇ ਨਾਂ ਉੱਤੇ ਇੱਕ ਪਿੰਡ ਵੱਸਦਾ ਵਾ ਜਿਹਨੂੰ ਭਿੱਖੀ ਵਿੰਡ ਕਹਿੰਦੇ ਆ। ਜਿਨ੍ਹਾਂ ਨੇ ਨਹੀਂ ਵੇਖਿਆ, ਗੂਗਲ ਦਾ ਜ਼ਮਾਨਾ ਹੈ, ਇੰਟਰਨੈਟ ਦਾ ਸਮਾਂ ਹੈ, ਸਰਚ ਮਾਰੋ ਕਿਤੇ ਨਿਕਲ ਆਊਗਾ। ਤੁਹਾਡੇ 'ਚੋਂ ਕਿਸੇ ਨੇ ਬੀੜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕੀਤੇ ਹੋਣ। ਜਦੋਂ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਓਗੇ, ਉੱਥੋਂ ਤੁਸੀਂ ਖੇਮਕਰਨ ਬਾਰਡਰ ਨੂੰ ਚਲੇ ਜਾਇਓ, ਰਾਹ ਦੇ ਵਿੱਚ ਬਾਬੇ ਵਿਧੀ ਚੰਦ ਦਾ ਪਿੰਡ ਆਉਂਦਾ ਵਾ ਸੁਰ ਸਿੰਘ, ਤੇ ਸੁਰ ਸਿੰਘ ਲੰਘ ਕੇ ਆਉਂਦਾ ਵਾ ਭਿੱਖੀ ਪਿੰਡ। ਅਸੀਂ ਤਕਰੀਬਨ ਚਾਰੇ ਹੀ ਉੱਥੋਂ ਦੇ ਲੋਕਲ ਹਾਂ, ਸਾਨੂੰ ਥੋੜ੍ਹਾ ਜ਼ਿਆਦਾ ਪਤਾ ਹੋ ਸਕਦਾ। ਜ਼ਿਮੀਂਦਾਰ ਭਿੱਖੀ ਨੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਦਾ ਮੁੱਢ ਬੰਨਿਆ, ਇਸ ਪਿੰਡ ਦਾ ਨਾਂ ਰੱਖਿਆ ਜਾਂਦਾ ਵਾ ਭਿੱਖੀ ਪਿੰਡ। ਅੱਗੇ ਚਲੇ ਜਾਓ, ਇਸੇ ਤਰ੍ਹਾਂ ਜ਼ਿਮੀਂਦਾਰ ਭਿੱਖੀ ਦੇ ਜਿਹੜੇ ਗਾਂ ਬੱਚੇ ਹੋਏ ਆ, ਉਹਨਾਂ ਦੇ ਨਾਵਾਂ ਤੇ ਵੀ ਪਿੰਡ ਹੀ ਵਸੇ ਆ, ਉਹ ਸਾਰੇ ਹੀ ਲਾਗੇ ਲਾਗੇ ਆ। ਉਹਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਹੈ ਪੂਲਾ, ਉਹਦੇ ਨਾਂ ਤੇ ਇੱਕ ਪਿੰਡ ਵੱਸਦਾ ਹੈ ਪੂਲਾ। ਜੇ ਇਤਿਹਾਸ ਦੇ ਪੰਨੇ ਕਦੇ ਬਰੀਕੀ ਨਾਲ ਪੜ੍ਹੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਪੂਲਾ ਪਿੰਡ ਕਿਹਦਾ ਹੈ। ਬਾਬਾ ਤਾਰੂ ਸਿੰਘ ਪੂਲਿਆਂ ਵਾਲਾ, ਜਿਹਦਾ ਕਦੀ ਖੋਪਰ ਲਾ ਕੇ ਸ਼ਹੀਦ ਕੀਤਾ ਗਿਆ ਸੀ, ਇਹ ਉਸ ਜ਼ਿਮੀਂਦਾਰ ਭਿੱਖੀ ਦੇ ਵੱਡੇ ਪੁੱਤ ਪੂਲੇ ਦੇ ਨਾਂ ਤੇ ਵਸਿਆ ਪਿੰਡ ਸੀ। ਉਹਦੇ ਦੂਸਰੇ ਪੁੱਤ ਦਾ ਨਾਂ ਹੈ ਪਹੂ, ਉਹਦੇ ਨਾਂ ਤੇ ਪਿੰਡ ਵੱਸਦਾ ਪਹੂ ਪਿੰਡ।
ਹੁਣ ਇਹਦੇ ਤੁਹਾਨੂੰ ਪਤਾ ਹੀ ਹੈ ਪਹੁ ਪਿੰਡ ਪਿੰਡ ਕਿਹਦਾ ਹੈ। ਉਹਦੇ ਤੀਸਰੇ ਪੁੱਤ ਦਾ ਨਾਂ ਹੈ ਦਰਾਜ, ਉਹਦੇ ਨਾਂ ਤੇ ਪਿੰਡ ਵਸਿਆ ਦਰਾਜ ਕੀ। ਉਹਦੇ ਚੌਥੇ ਪੁੱਤ ਦਾ ਨਾਂ ਹੈ ਪਲਵਾਨ, ਉਹਦੇ ਨਾਂ ਤੇ ਇੱਕ ਪਿੰਡ ਵਸਿਆ ਜਿਹਦਾ ਨਾਂ ਹੈ ਪਲਵਾਨ ਕੀ। ਇਹ ਸਾਰੇ ਪਿੰਡ ਬਾਰਡਰ ਏਰੀਏ ਦੇ ਵਿੱਚ ਆ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ। ਉਹਦੇ ਪੰਜਵੇਂ ਪੁੱਤ ਦਾ ਨਾਂ ਹੈ ਵੀਰਮ, ਉਹਦੇ ਨਾਂ ਤੇ ਇੱਕ ਪਿੰਡ ਵਸਦਾ ਹੈ ਵੀਰਮ। ਜ਼ਿਮੀਂਦਾਰ ਭਿੱਖੀ ਨੇ ਆਪਣੇ ਨਾਂ ਤੇ ਭਿੱਖੀ ਪਿੰਡ ਵਸਾਇਆ ਤੇ ਉਹਦੇ ਗਾਂ ਪੰਜਾਂ ਪੁੱਤਾਂ ਦੇ ਨਾਵਾਂ ਤੇ ਪੰਜ ਪਿੰਡ ਵਸੇ, ਜਿਹਦੇ ਵਿੱਚੋਂ ਆਪਾਂ ਗੱਲ ਕਰਨ ਲੱਗੇ ਹਾਂ ਪਿੰਡ ਪਹੁ ਪਿੰਡ ਦੀ। ਪਿੰਡ ਪਹੁ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰਾਂ ਦਾ ਪਰਿਵਾਰ ਵਸਦਾ, ਜਿਸ ਪਰਿਵਾਰ ਦੇ ਮੁਖੀ ਦਾ ਨਾਂ ਹੈ ਡੱਲਾ, ਡੱਲੇ ਦਾ ਪੁੱਤਰ ਘਣੀਆਂ, ਘਣੀਏ ਦਾ ਪੁੱਤਰ ਦੁਲਚੀ, ਦੁਲਚੀ ਦਾ ਪੁੱਤਰ ਭਾਈ ਕਰਮਾ ਤੇ ਕਰਮੇ ਦਾ ਪੁੱਤਰ ਭਗਤੂ, ਜਿਹਨੇ ਕਦੀ ਅੰਮ੍ਰਿਤ ਛਕਿਆ ਤੇ ਭਗਤ ਸਿੰਘ ਬਣਿਆ ਤੇ ਜਿਹਦਾ ਵਿਆਹ ਕਦੀ ਮਾਤਾ ਜਿਉਣੀ ਦੇ ਨਾਲ ਹੋਇਆ, ਇਸੇ ਭਾਈ ਭਗਤ ਸੰਧੂ ਦੇ ਘਰ ਤੇ ਮਾਈ ਜਿਉਣੀ ਦੇ ਘਰ 26 ਜਨਵਰੀ 1682 ਨੂੰ ਇੱਕ ਲੜਕੇ ਨੇ ਜਨਮ ਲਿਆ ਸੀ ਜਿਹਦਾ ਨਾਂ ਦੀਪਾ ਰੱਖਿਆ ਗਿਆ ਸੀ। ਇਹ ਲੜੀ ਇਸੇ ਤਰ੍ਹਾਂ ਹੀ ਜੁੜਦੀ ਹੈ, ਪਿੰਡ ਪਹੁ ਪਿੰਡ ਡੱਲਾ, ਡੱਲੇ ਦਾ ਪੁੱਤਰ ਘਣੀਆਂ, ਘਣੀਏ ਦਾ ਪੁੱਤਰ ਦੁਲਚੀ, ਦੁਲਚੀ ਦਾ ਪੁੱਤਰ ਕਰਮਾ, ਕਰਮੇ ਦਾ ਪੁੱਤਰ ਭਾਈ ਭਗਤ ਸਿੰਘ ਤੇ ਉਹਦਾ ਗਾਂ ਜਾ ਕੇ ਜੁੜ ਗਿਆ ਬਾਬਾ ਦੀਪਾ। ਮਾਪਿਆਂ ਨੇ ਨਾਂ ਦੀਪਾ ਹੀ ਰੱਖਿਆ। ਸੋਹਣਾ ਬੜਾ ਸੀ, ਰੰਗ ਰੂਪ ਬਹੁਤ ਸੋਹਣਾ ਸੀ, ਮਾਂ ਨੂੰ ਇੰਨਾ ਪਿਆਰਾ ਲੱਗਾ, ਉਹਨੂੰ ਇਉਂ ਜਾਪਿਆ ਜਿਵੇਂ ਹਜ਼ਾਰਾਂ ਦੀਪਕਾਂ ਦਾ ਚਾਨਣ ਉਹਦੇ ਘਰ ਹੋ ਗਿਆ ਹੋਵੇ। ਉਹਨੇ ਉਸ ਬੱਚੇ ਦਾ ਨਾਂ ਰੱਖ ਦਿੱਤਾ ਦੀਪਾ। ਪਰ ਕੌਣ ਜਾਣਦਾ ਸੀ ਇਹ ਦੀਪਾ ਵਾਕਈ ਇੱਕ ਇਹੋ ਜਿਹਾ ਦੀਪ ਬਣੇਗਾ। ਸਾਰੀ ਦੁਨੀਆਂ ਦੀਆਂ ਜੋਤਾਂ ਬੁੱਝ ਸਕਦੀਆਂ ਨੇ, ਪਰ ਦੀਪੇ ਦੇ ਘਰ ਦੀ ਜੋਤ ਹਮੇਸ਼ਾ ਜਗਦੀ ਰਹੇਗੀ। ਉਹ ਨੌਜਵਾਨ ਦੀਪਾ 18 ਸਾਲ ਦੀ ਉਮਰ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਪੁੱਜਾ, ਮਹਾਰਾਜ ਨੂੰ ਜਾ ਕੇ ਨਮਸਕਾਰ ਕੀਤੀ। ਸਨ 1700 ਸੀ ਤੇ 18 ਸਾਲਾਂ ਦਾ ਦੀਪਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਲੇਟ ਹੋ ਗਿਆ ਥੋੜਾ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦਾ, ਮਹਾਰਾਜ ਮੈਨੂੰ ਪਿਛਲੇ ਸਾਲ ਆਉਣਾ ਚਾਹੀਦਾ ਸੀ, ਮੈਨੂੰ ਪਤਾ ਲੱਗਾ ਤੁਸੀਂ ਸੀਸ ਲਏ ਆ। ਤੁਸੀਂ ਆਵਾਜ਼ ਮਾਰ ਕੇ ਆਖਿਆ ਸਿਰ ਦਿਓ, ਜਵਾਨਾਂ ਨੇ ਸਿਰ ਦਿੱਤੇ ਆ। ਮੇਰੇ ਮਨ ਦੀ ਰੀਝ ਆ ਕਿ ਕਿਤੇ ਮੈਂ ਵੀ ਉਹਨਾਂ 'ਚ ਆਉਂਦਾ, ਤੁਸੀਂ ਸੀਸ ਮੰਗਦੇ ਤੇ ਮੈਂ ਸੀਸ ਤੁਹਾਡੇ ਚਰਨਾਂ 'ਚ ਭੇਟਾ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਖੁਸ਼ ਹੋਏ, ਦੀਪੇ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ, ਦੀਪਿਆ ਦੀਪੇ ਤੋਂ ਦੀਪ ਸਿੰਘ ਬਣ ਜਾ, ਸਿਰ ਪੰਥ ਦੀ ਅਮਾਨਤ ਆ, ਅੱਜ ਲੈ ਲਈਏ, ਕੱਲ ਲੈ ਲਈਏ, 10 ਦਿਨਾਂ ਨੂੰ ਲੈ ਲਈਏ, 10 ਸਾਲਾਂ ਨੂੰ ਲੈ ਲਈਏ, ਸਿਰ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ, ਸਿਰ ਤੈਨੂੰ ਦੇਣਾ ਹੀ ਪੈਣਾ ਵਾ। ਸੀਸ ਐਵੇਂ ਨਹੀਂ ਦਿੱਤਾ, ਕਿਉਂਕਿ ਬਚਨ ਮਗਰ ਗੁਰੂ ਕਲਗੀਧਰ ਪਾਤਸ਼ਾਹ ਦਾ ਸੀ। ਦੀਪਾ ਦੀਪ ਸਿੰਘ ਬਣ ਗਿਆ, ਆਨੰਦਪੁਰ ਵੱਡੀਆਂ ਸੇਵਾਵਾਂ ਕੀਤੀਆਂ। ਵਕਤ ਆਇਆ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ ਦੇ ਵਿੱਚ ਇਹ ਦੀਪਾ ਅੱਗੇ ਹੋ ਕੇ ਲੜਿਆ। ਵੇਖਦਿਆਂ ਵੇਖਦਿਆਂ ਦੀਪੇ ਤੋਂ ਧੰਨ ਬਾਬਾ ਦੀਪ ਸਿੰਘ ਬਣ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਦੇ ਦਿੱਤਾ ਸੀ। ਦੁਨੀਆਂ ਮਰਨ ਤੋਂ ਬਾਅਦ ਸ਼ਹੀਦ ਵੀ ਹੋ ਜਾਂਦੀ ਹੈ, ਸੰਸਾਰ ਵਾਸਤੇ ਕੁਝ ਕਰਨਾ ਪੈਂਦਾ,
ਸ਼ਹੀਦ ਹੋਣਾ ਪੈਂਦਾ ਹੈ ਕੌਮ ਵਾਸਤੇ ਧਰਮ ਵਾਸਤੇ, ਪਰ ਬਾਬਾ ਦੀਪ ਸਿੰਘ ਦੇ ਹਿੱਸੇ ਮਾਣ ਆਇਆ ਹੈ, ਜਿਉਂਦੇ ਜੀ ਸ਼ਹਾਦਤ ਪੀ ਲਈ, ਜਿਉਂਦੇ ਜੀ ਜਾਮੇ ਸ਼ਹਾਦਤ। ਸਾਡੇ ਦੇਸ਼ ਅੰਦਰ ਪਹਿਲਾਂ ਨਾਦਰ ਸ਼ਾਹ ਦੁਰਾਨੀ ਚੜ੍ਹ ਕੇ ਆਇਆ, ਭਾਰਤ ਦੀ ਲੁੱਟ ਮਾਰ ਕੀਤੀ, ਪਰ ਕਦੀ ਹੋ ਨਹੀਂ ਸੀ ਸਕਦਾ ਕਿ ਨਾਦਰ ਸ਼ਾਹ ਭਾਰਤ ਤੇ ਲੁੱਟ ਲਵੇ ਪਰ ਪੰਜਾਬੀ ਉਹਨੂੰ ਹਾਥੀ ਨਾ ਵਿਖਾਉਣ। ਪੰਜਾਬੀਆਂ ਨੇ ਨਾਦਰ ਸ਼ਾਹ ਦੀਆਂ ਲਾਸਾਂ ਚੋਂ ਇਹੋ ਜਿਹਾ ਧੂੰਆਂ ਕੱਢਿਆ, ਉਹ ਜਾਂਦਿਆਂ ਜਾਂਦਿਆਂ ਮੰਨ ਗਿਆ ਇਹ ਕੌਮ ਦੁਨੀਆ ਤੇ ਰਾਜ ਕਰੇਗੀ। ਫਿਰ ਨਾਦਰ ਸ਼ਾਹ ਦਾ ਚੇਲਾ ਆਇਆ ਅਹਿਮਦ ਸ਼ਾਹ ਅਬਦਾਲੀ, ਉਹਨੇ ਭਾਰਤ ਤੱਕ ਲੁੱਟ ਮਾਰ ਕੀਤੀ, ਪਰ ਜਦੋਂ ਪੰਜਾਬ ਵਿੱਚੋਂ ਲੰਘਿਆ ਪੰਜਾਬ ਦੇ ਸਰਦਾਰਾਂ ਨੇ ਉਹਦਾ ਰਹਿਣ ਕੱਖ ਨਹੀਂ ਦਿੱਤਾ। ਅੱਜ ਦੀ ਡੇਟ ਵੀ ਇਹੋ ਕਹਿੰਦੀ ਹੈ, ਧੱਕਾ ਹੋਵੇ, ਜਬਰ ਹੋਵੇ, ਜ਼ੁਲਮ ਹੋਵੇ, ਭਾਵੇਂ ਅੱਜ ਵਾਲੇ ਬੈਠੇ ਕਰਨ, ਸਾਰਾ ਦੇਸ਼ ਸੁਸਰੀ ਵਾਂਗ ਸੌਂ ਸਕਦਾ ਏ, ਪਰ ਸਰਦਾਰ ਚੁੱਪ ਕਰਕੇ ਲੰਮਾ ਨਹੀਂ ਪੈ ਸਕਦਾ। ਇਹ ਖੂਨ ਬਗਾਵਤੀ ਆ, ਉਹ ਭਾਵੇਂ ਹਰਿਆਣੇ 'ਚ ਬੈਠਿਆਂ ਦਾ ਹੋਵੇ, ਭਾਵੇਂ ਪੰਜਾਬ 'ਚ ਬੈਠਿਆਂ ਦਾ ਹੋਵੇ, ਭਾਵੇਂ ਉਹ ਯੂਪੀ 'ਚ ਬੈਠਿਆਂ ਦਾ ਹੋਵੇ, ਇਹ ਬਗਾਵਤੀ ਖੂਨ ਬਗਾਵਤ ਦੇ ਉੱਤੇ ਉਤਰੇਗਾ, ਕਿਉਂਕਿ ਜ਼ੁਲਮ ਕਰਨਾ ਨਹੀਂ ਅਤੇ ਜ਼ੁਲਮ ਸਹਿਣਾ ਨਹੀਂ ਇਹਨਾਂ ਦੇ ਵੱਡਿਆਂ ਦੇ ਖੂਨ ਵਿੱਚ ਸੀ। ਇਹ ਸੱਚਾਈ ਹੈ। ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਫੈਸਲਾ ਕੀਤਾ, ਉਹਨੇ ਦਰਬਾਰ ਸਾਹਿਬ ਜਾ ਕੇ ਕਬਜ਼ਾ ਕਰ ਲਿਆ, ਪਰ ਕਰਮਾਂ 'ਚ ਘੋੜੇ ਵੱਜੇ, ਸਰੋਵਰ ਪੂਰ ਦਿੱਤਾ, ਕੌਮ ਦੇ ਜਥੇਦਾਰ ਵੱਡੇ ਵੱਡੇ ਜੰਗਲਾਂ ਨੂੰ ਚਲੇ ਗਏ, ਪਹਾੜਾਂ ਨੂੰ ਚਲੇ ਗਏ। ਬਾਬਾ ਦੀਪ ਸਿੰਘ ਦੀ ਭਾਲ ਵਿੱਚ ਇੱਕ ਨੌਜਵਾਨ ਤੁਰਿਆ, ਇਹ ਰਿਸ਼ਤੇ ਵਿੱਚ ਬਾਬਾ ਦੀਪ ਸਿੰਘ ਦਾ ਭਤੀਜਾ ਲੱਗਦਾ ਹੈ। ਇੱਕ ਗੱਲ ਅਸੀਂ ਕਹਿੰਦੇ ਹਾਂ ਕਿ ਬਾਬਾ ਦੀਪ ਸਿੰਘ ਇਕੱਲਾ ਹੈ, ਉਹਦਾ ਭਰਾ ਕੋਈ ਨਹੀਂ, ਫਿਰ ਭਤੀਜਾ ਕਿੱਥੋਂ ਆਇਆ, ਭਤੀਜਾ ਦੇ ਭਰਾ ਦਾ ਪੋਤੀ ਬਣੂ ਨਾ। ਇਹ ਗੱਲ ਮੈਂ ਅੱਗੇ ਜਾ ਕੇ ਕਲੀਅਰ ਕਰਾਂਗਾ ਵੀ ਉਹ ਭਤੀਜਾ ਕਿੱਦਾਂ ਲੱਗਾ, ਉਹ ਕੌਣ ਹੈ। ਇੱਕ ਨੌਜਵਾਨ ਬਾਬਾ ਦੀਪ ਸਿੰਘ ਦੀ ਭਾਲ ਵਿੱਚ ਤੁਰਿਆ, ਉਹ ਤੁਰਦਾ ਤੁਰਦਾ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਆਇਆ। ਹੁਣ ਦਮਦਮਾ ਕੋਈ ਆਮ ਥਾਂ ਨਹੀਂ ਆ ਵੀ ਜਿੱਥੇ ਜਾ ਕੇ ਉਹਨੇ ਬਾਬਾ ਦੀਪ ਸਿੰਘ ਨੂੰ ਦੱਸੀ ਆ ਗੱਲ। ਅਸਲ ਵਿੱਚ ਆਨੰਦਪੁਰ ਸਾਹਿਬ ਤੋਂ ਬਾਅਦ ਮਿਸਲਾਂ ਦੇ ਵੇਲੇ ਦਮਦਮਾ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਇੱਕ ਜਗ੍ਹਾ ਸੀ, ਸਭ ਤੋਂ ਵੱਡੇ ਗੁਰਮਤੇ ਦਮਦਮਾ ਸਾਹਿਬ ਹੁੰਦੇ ਸੀ। ਜਦੋਂ ਸਿੱਖ ਫੱਟੜ ਹੋ ਜਾਂਦੇ ਸੀ ਉਹਨਾਂ ਦਾ ਇਲਾਜ ਵੀ ਦਮਦਮਾ ਸਾਹਿਬ ਹੁੰਦਾ ਸੀ। ਅਬਦਾਲੀ ਨਾਲ ਕਿੱਦਾਂ ਲੜਨਾ, ਨਾਦਰ ਨਾਲ ਕਿੱਦਾਂ ਲੜਨਾ, ਇਹ ਜਿਹੜੇ ਫੈਸਲੇ ਦਮਦਮਾ ਸਾਹਿਬ ਬਹਿ ਕੇ ਕੀਤੇ ਜਾਂਦੇ ਸੀ। ਇੱਦਾਂ ਕਹਿ ਲਓ ਕਿ ਦਮਦਮਾ ਸਾਹਿਬ ਹੈੱਡਕੁਆਟਰ ਆ ਅਤੇ ਹੈੱਡਕੁਆਟਰ ਦਾ ਇੰਚਾਰਜ ਬਾਬਾ ਦੀਪ ਸਿੰਘ ਸੀ। ਹੁਣ ਜਿਹੜਾ ਸਿੱਖ ਦਮਦਮਾ ਸਾਹਿਬ ਸਿੱਖਾਂ ਨੂੰ ਦੱਸਣ ਗਿਆ ਹੈ, ਉਹਨੂੰ ਪਤਾ ਸੀ ਜੇ ਮੈਂ ਆਸੇ ਪਾਸੇ ਲੱਭਣ ਵਾਸਤੇ ਸਿੱਖਾਂ ਨੂੰ ਤੁਰ ਪਿਆ ਨਾ ਕਿ ਦਰਬਾਰ ਸਾਹਿਬ 'ਤੇ ਦੁਸ਼ਮਣ ਦਾ ਕਬਜ਼ਾ ਹੋ ਗਿਆ ਹੈ, ਸਿੱਖ ਲੱਭਦਿਆਂ ਪਤਾ ਨਹੀਂ ਮਹੀਨਾ ਲੱਗ ਜੇ, ਦੋ ਮਹੀਨੇ ਲੱਗ ਜਾਣ, ਕਿ ਜੰਗਲਾਂ 'ਚ ਬੈਠੇ ਆ, ਪਹਾੜਾਂ 'ਚ ਬੈਠੇ ਆ, ਮੈਨੂੰ ਜਾਣਾ ਹੀ ਸਿੱਧਾ ਹੈੱਡਕੁਆਟਰ 'ਤੇ ਜਾਣਾ ਚਾਹੀਦਾ ਵਾ, ਹੈੱਡਕੁਆਟਰ ਬਹੁਤੇ ਨਹੀਂ ਤਾਂ 150 ਬੰਦਾ 'ਤੇ ਜਾਂਦਿਆਂ ਮਿਲੂਗਾ ਨਾ। ਉਹ ਇਸ ਕਰਕੇ ਦਮਦਮਾ ਸਾਹਿਬ ਆਇਆ। ਕੌਮ ਦੇ ਜਥੇਦਾਰ ਧੰਨ ਬਾਬਾ ਦੀਪ ਸਿੰਘ ਨੂੰ ਆ ਕੇ ਉਸ ਨੌਜਵਾਨ ਨੇ ਹਰਿਮੰਦਰ ਸਾਹਿਬ ਦੀ ਸਾਰੀ ਵਿਥਿਆ ਦੱਸੀ, ਤੇ ਉਸ ਨੌਜਵਾਨ ਦੇ ਮੂੰਹੋਂ ਸਾਰੀ ਵਿਥਿਆ ਸੁਣ ਕੇ ਕੌਮ ਦਾ ਜਥੇਦਾਰ ਸੰਗਤ ਵਿੱਚ ਇੱਕ ਐਲਾਨ ਇਉਂ ਕਰਦਾ।
ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ। ਨੌਜਵਾਨ ਨੇ ਜਾ ਕੇ ਧੰਨ ਬਾਬਾ ਦੀਪ ਸਿੰਘ ਨੂੰ ਨਮਸਕਾਰ ਕੀਤੀ। ਬਾਬਾ ਦੀਪ ਸਿੰਘ ਨੇ ਜੀਉ ਆਇਆ ਆਖਿਆ, ਸਾਹਮਣੇ ਕੋਈ ਪਰਾਇਆ ਨਹੀਂ ਸੀ, ਆਪਣਾ ਖੂਨ ਸੀ, ਆਪਣਾ ਭਤੀਜਾ ਖਲੋਤਾ ਸੀ। ਬਾਬਾ ਦੀਪ ਸਿੰਘ ਨੇ ਜੀਉ ਆਇਆ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਇਆ, ਪਰ ਸਾਹਮਣੇ ਖਲੋਤੇ ਸਰਦਾਰ ਦੀਆਂ ਅੱਖਾਂ 'ਚ ਪਾਣੀ ਸੀ। ਕਹਿਣ ਲੱਗਾ, ਬਾਬਾ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਆਂ ਦੀ ਜਦੋਂ ਪਿਓ ਦੀ ਪੱਗ ਆਪਣੇ ਦੂਜੇ ਦੇ ਹੱਥਾਂ 'ਚ ਆ ਜਾਵੇ ਫਿਰ ਸਾਨੂੰ ਕੀ ਕਰਨਾ ਚਾਹੀਦਾ। ਅਸੀਂ ਇਸ ਦੇਸ਼ ਦੀਆਂ ਇੱਜ਼ਤਾਂ ਬਚਾਈਆਂ ਨੇ, ਮੰਦਰ ਬਚਾਏ ਨੇ, ਇੱਥੋਂ ਦੀਆਂ ਬਹੂ ਬੇਟੀਆਂ ਬਚਾਈਆਂ ਨੇ, ਇਸ ਦੇਸ਼ ਦੇ ਕਣ ਕਣ ਦੀ ਰੱਖਿਆ ਕੀਤੀ ਹੈ, ਪਰ ਅੱਜ ਸਾਡੀ ਆਂਚ 'ਤੇ ਆ ਬਣੀ ਹੈ, ਸਾਡੀ ਅਣਖ ਤੇ ਗੈਰਤ ਨੂੰ ਵੱਟਾ ਲੰਘਣ ਨੂੰ ਫਿਰਦੇ ਆ। ਮੈਨੂੰ ਬਾਬਾ ਤੇਰੀ ਲੋੜ ਏ। ਕੌਮ ਦਾ ਜਥੇਦਾਰ ਕਹਿੰਦਾ ਹੋਇਆ ਕੀ ਹੈ। ਕਹਿਣ ਲੱਗਾ, ਅਬਦਾਲੀ ਹਰਿਮੰਦਰ ਸਾਹਿਬ ਆ ਕੇ ਬੈਠਾ ਏ, ਸਰੋਵਰ ਦੀ ਬੇਅਦਬੀ ਹੋਈ ਹੈ, ਪਰਕਰਮਾ 'ਚ ਘੋੜੇ ਵੱਜੇ ਆ, ਤੇ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਵੰਗਾਰ ਕੇ ਕਹਿੰਦਾ ਸਿੱਖੋ ਤੁਸੀਂ ਹੋਵੋਗੇ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਜੇ ਮਾਦਾ ਰੱਖਦੇ ਜੇ ਤੇ ਆਪਣੇ ਗੁਰ ਧਾਮਾਂ ਨੂੰ ਬਚਾ ਕੇ ਵਿਖਾਓ। ਇਹ ਬੜੀ ਵੱਡੀ ਸੱਚਾਈ ਏ। ਇਸ ਦੇਸ਼ ਦੇ ਅੰਦਰ ਰੂਹ ਫੂਕੀ ਏ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਖਾਲਸੇ ਪੰਥ ਨੇ ਫੂਕੀ ਏ। ਇਹ ਦੇਸ਼ ਅੱਜ ਮੰਨ ਲਵੇ, ਕੱਲ੍ਹ ਮੰਨ ਲਵੇ, ਪਰ ਏਡੀ ਛੇਤੀ ਇਹ ਮੰਨਣ ਵਾਲੇ ਨਹੀਂ, ਕਿਉਂਕਿ ਇਹਨਾਂ ਲੋਕਾਂ ਨੇ ਸਦੀਆਂ ਦੀ ਗੁਲਾਮੀ ਹੰਢਾਈ ਆ, ਤੇ ਗੁਲਾਮੀ ਹੰਢਾਉਣ ਤੋਂ ਬਾਅਦ ਜਦੋਂ ਆਜ਼ਾਦੀ ਆਉਂਦੀ ਹੈ ਤੇ ਉਹ ਸਿਰ ਨੂੰ ਚੜ੍ਹਦੀ ਹੈ। ਇਹਨਾਂ ਲੋਕਾਂ ਨੇ ਸਦੀਆਂ ਤੱਕ ਕੁੱਟ ਖਾਧੀ ਹੈ। ਇਹਨਾਂ ਲੋਕਾਂ ਨੂੰ ਨਹੀਂ ਪਤਾ ਰਾਜ ਭਾਗ ਕੀ ਹੁੰਦਾ ਹੈ। ਇਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਦੇਸ਼ ਦੀ ਘੱਟ ਗਿਣਤੀ ਨੂੰ ਦੱਬ ਕੇ ਉਹਨਾਂ ਨੂੰ ਨੱਪ ਕੇ ਆਪਣੀਆਂ ਗੱਲਾਂ ਕਿਵੇਂ ਬਣਵਾਈਆਂ ਜਾਂਦੀਆਂ ਨੇ, ਇਹਨਾਂ ਨੂੰ ਇਸ ਗੱਲ ਦਾ ਪਤਾ। ਪਰ ਇੱਕ ਸਿੱਖ ਸਰਦਾਰ ਨੇ ਜਿਨ੍ਹਾਂ ਨੇ ਦੁਨੀਆਂ ਦਾ ਸਭ ਤੋਂ ਬੈਸਟ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ 'ਚ ਕਰਕੇ ਵਿਖਾਇਆ। ਸਿੱਖਾਂ ਵਰਗੀ ਰਾਜ ਕਰਨ ਵਾਲੀ ਕੌਮ ਦੁਨੀਆਂ 'ਤੇ ਨਹੀਂ ਹੈਗੀ। ਇਹ ਪਤਾ ਨਹੀਂ ਸਾਨੂੰ ਕਿੰਨੇ ਪੱਟੀ ਪੜ੍ਹਾ ਦਿੱਤੀ ਆ ਵੀ ਸਿੱਖਾਂ ਨੂੰ ਰਾਜ ਲੈਣਾ ਆਉਂਦਾ, ਰਾਜ ਕਰਨਾ ਨਹੀਂ ਆਉਂਦਾ। ਆ ਥੋੜ੍ਹੇ ਜਿਹੇ ਚਿਰ 'ਚ ਅਸੀਂ ਵੀ ਕਹਿਣ ਲੱਗ ਪਏ ਹਾਂ, ਸਾਡੇ ਪ੍ਰਚਾਰਕ ਕਹਿਣ ਲੱਗ ਪਏ, ਅਸੀਂ ਵੀ ਕਹਿਣ ਲੱਗ ਪਏ ਵੇਖੋ ਵੇਖੀ। ਪਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਰਾਜ ਕਰਨਾ ਹੀ ਸਿੱਖਾਂ ਨੂੰ ਆਉਂਦਾ, ਅਸਲ ਦੇ ਵਿੱਚ ਕਿਸੇ ਨੂੰ ਰਾਜ ਕਰਨਾ ਹੀ ਨਹੀਂ ਆਉਂਦਾ। 40 ਸਾਲ ਪੰਜਾਬੀਆਂ ਦਾ ਰਾਜ ਰਿਹਾ ਲਾਹੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਇੱਕ ਕ੍ਰਾਈਮ ਨਹੀਂ ਹੁੰਦਾ, ਇੱਕ ਕਤਲ ਨਹੀਂ ਹੁੰਦਾ, ਇੱਕ ਬੰਦੇ ਨੂੰ ਫਾਂਸੀ ਨਹੀਂ ਲੱਗਦੀ, ਇੱਕ ਦੰਗਾ ਨਹੀਂ ਹੁੰਦਾ, ਇੱਕ ਧਰਨਾ ਨਹੀਂ ਲੱਗਦਾ, ਇੱਕ ਪ੍ਰੋਟੈਸਟ ਨਹੀਂ ਹੁੰਦਾ, ਕੋਈ ਹਿੰਦੂ ਨਹੀਂ ਕਤਲ ਹੁੰਦਾ, ਕੋਈ ਮੁਸਲਮਾਨ ਨਹੀਂ ਕਤਲ ਹੁੰਦਾ, ਕੋਈ ਮੰਦਰ ਨਹੀਂ ਢੱਠਦਾ, ਕੋਈ ਗੁਰਦੁਆਰਾ ਨਹੀਂ ਢੱਠਦਾ, ਕੋਈ ਮਸੀਤ ਨਹੀਂ ਢੱਠਦੀ। ਇਹ ਸਿੱਖਾਂ ਦਾ ਰਾਜ ਹੈ। ਤੁਸੀਂ ਸਿੱਖਾਂ ਦੇ ਰਾਜ ਭਾਗ ਦੀਆਂ ਨਕਲਾਂ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਹੋ ਸਾਡਾ ਰਾਜ ਭਾਗ ਹੈ, ਤੁਹਾਡੇ ਰਾਜ ਭਾਗ ਦੀ ਤਸਵੀਰ ਅਸੀਂ ਵੇਖ ਰਹੇ ਹਾਂ, ਚਾਹੇ ਅਸੀਂ 84 ਦੇ ਕਤਲੇਆਮ 'ਚ ਵੇਖ ਲਈਏ, ਚਾਹੇ ਅਸੀਂ ਗੁਜਰਾਤ ਦੇ ਕਤਲੇਆਮ 'ਚ ਵੇਖ ਲਈਏ, ਚਾਹੇ ਮਣੀਪੁਰ ਦੇ ਵਿੱਚ ਈਸਾਈ ਕੁੜੀਆਂ ਨੂੰ ਨਗਨ ਕਰਕੇ ਘੁਮਾਉਂਦਿਆਂ ਵੇਖ ਲਈਏ, ਅਸੀਂ ਤੁਹਾਡੇ ਰਾਜ ਭਾਗ ਦੀ ਤਸਵੀਰ ਵੇਖ ਲਈ ਆ। ਸਾਡੇ ਰਾਜ ਭਾਗ ਦੀ ਤਸਵੀਰ ਇਹ ਆ, ਅਸੀਂ ਗੁਰਦੁਆਰਿਆਂ 'ਚ ਲੰਗਰ ਲਾਉਂਦੇ ਹਾਂ, ਪਰ ਜਿੱਦਣ ਕਰੋਨਾ ਵਰਗੀ ਬਿਪਤਾ ਪਵੇ ਅਸੀਂ ਆਕਸੀਜਨ ਦੇ ਸਿਲੰਡਰ ਵੀ ਨਾਲ ਦਿੰਦੇ ਹਾਂ ਅਤੇ ਬਿਨਾਂ ਵਿਤਕਰੇ ਤੋਂ ਦਿੰਦੇ ਹਾਂ ਗੁਰਦੁਆਰਿਆਂ ਦੇ ਵਿੱਚ। ਇਹ ਸਿੱਖਾਂ ਦਾ ਰਾਜ ਭਾਗ ਹੈ।
ਤੁਸੀਂ ਮੰਦਿਰ ਢਾਉਂਦੇ ਹੋ, ਮਸਜਿਦ ਢਾਉਂਦੇ ਹੋ। ਸਿੱਖਾਂ ਦਾ ਰਾਜ ਭਾਗ ਕਹਿੰਦਾ ਅਸੀਂ ਆਪਣੇ ਗੁਰਦੁਆਰਿਆਂ ਨੂੰ ਸੋਨਾ ਲਾਉਂਦੇ ਹਾਂ, ਲੋੜ ਪਈ ਅਸੀਂ ਮਸੀਤਾਂ ਵੀ ਬਣਾ ਕੇ ਦਿੰਦੇ ਹਾਂ ਤੇ ਲੋੜ ਪਈ ਤਾਂ ਅਸੀਂ ਮੰਦਿਰ ਵੀ ਬਣਾ ਕੇ ਦਿੰਦੇ, ਅਸੀਂ ਢਾਉਂਦੇ ਨਹੀਂ ਹੈਗੇ। ਗੁਰੂ ਕਿਰਪਾ ਕਰੇ ਸਿੱਖਾਂ ਨੂੰ ਕਦੇ ਰਾਜ ਕਰਨ ਦਾ ਦੁਬਾਰਾ ਮੌਕਾ ਮਿਲਿਆ। ਜੇ ਭੁੱਖ ਤੇ ਨੰਗ ਨਾ ਇਸ ਮੁਲਕ ਦੀ ਸਿੱਖ ਕੱਢ ਕੇ ਰੱਖ ਦੇਣ ਤੇ ਫਿਰ ਜੋ ਮਰਜ਼ੀ ਕਹਿ ਲਿਓ। ਰਾਜ ਕਰਨਾ ਹੀ ਦੁਨੀਆਂ ਤੇ ਸਿੱਖਾਂ ਨੂੰ ਆਉਂਦਾ, ਐਵੇਂ ਨਾ ਆਪਣੇ ਹੱਥ ਵੱਢ ਕੇ ਜਿਹਨੂੰ ਮਰਜ਼ੀ ਦੇ ਦਿਆ ਕਰੋ। ਨਹੀਂ ਜੇ ਅਸੀਂ ਰਾਜ ਲੈ ਸਕਦੇ ਹਾਂ, ਰਾਜ ਕਰ ਨਹੀਂ ਸਕਦੇ, ਤੁਹਾਡੇ ਵਰਗਾ ਰਾਜ ਦੁਨੀਆਂ ਤੇ ਕਰ ਕੋਈ ਨਹੀਂ ਜੇ ਸਕਦਾ। ਸਿੱਖਾਂ ਨੇ ਰਾਜ ਇਸ ਕਰਕੇ ਕੀਤਾ ਦੁਨੀਆਂ ਉੱਤੇ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਨਹੀਂ ਗਏ ਅਜੇ ਤੱਕ। ਇਹ ਤਾਂ ਸਾਡੀ ਕਿਸਮਤ ਮਾੜੀ ਆ ਕਿ ਸਾਨੂੰ ਆ 25-30 ਸਾਲਾਂ 'ਚ ਕਾਮਰੇਡੀ ਪ੍ਰਚਾਰ ਝੱਲਣਾ ਪੈ ਗਿਆ। ਜੇ ਗੁਰਦੁਆਰੇ ਸਿਰਫ ਧਾਰਮਿਕ ਸਥਾਨ ਨੇ, ਰਾਜਨੀਤੀ ਦਾ ਕੋਈ ਮੁੱਦਾ ਨਹੀਂ। ਗੁਰਦੁਆਰੇ 'ਚ ਬਹਿ ਕੇ ਰਾਜਨੀਤੀ ਕੀਤੀ ਜਾ ਸਕਦੀ ਹੈ, ਕਰਨਾ ਹੋਵੇ ਲੋਕਾਂ ਦਾ ਭਲਾ ਤੇ ਰਾਜਨੀਤੀ ਸਿੱਖੀ ਦੀ ਗੁਰਦੁਆਰੇ ਹੋ। ਪਰ ਸਾਡਾ ਨੁਕਸਾਨ ਉਦੋਂ ਹੋਇਆ ਜਦੋਂ ਅਸੀਂ ਰਾਜਨੀਤੀ ਗੁਰਦੁਆਰਿਆਂ 'ਚੋਂ ਬਾਹਰ ਕੱਢ ਦਿੱਤੀ ਆ। ਧਰਮ ਤੇ ਰਾਜਨੀਤੀ ਜੁਦਾ ਨਹੀਂ ਕੀਤੀ ਜਾ ਸਕਦੀ। ਜੇ ਜੁਦਾ ਕਰਨੀ ਹੁੰਦੀ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਨਹੀਂ ਸੀ ਦੇਣਾ। ਜੇ ਧਰਮ ਤੇ ਰਾਜਨੀਤੀ ਜੁਦਾ ਕਰਨੀ ਹੁੰਦੀ, ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਕਦੀ ਨਹੀਂ ਸੀ ਬਣਨਾ। ਜੇ ਧਰਮ ਤੇ ਰਾਜਨੀਤੀ ਜੁਦਾ ਕਰਨੀ ਹੁੰਦੀ, ਗੁਰਦੁਆਰਿਆਂ 'ਚ ਦੋਹਰੇ ਨਹੀਂ ਸੀ ਪੜੇ ਜਾਣੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਜੇ ਧਰਮ ਤੇ ਰਾਜਨੀਤੀ ਵੱਖਰੀ ਕਰਨੀ ਹੁੰਦੀ, ਅਸੀਂ ਇਹ ਵੀ ਦੋਹਰਾ ਕਦੀ ਨਹੀਂ ਸੀ ਪੜ੍ਹਨਾ। ਸ੍ਰੀ ਮੁੱਖ ਵਾਕ ਭਣਿਓ ਗਰੀਬ ਨਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹਿ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸਿੱਖੋ, ਤੁਹਾਡਾ ਭਲਾ ਉੱਦਣ ਹੀ ਹੋਣਾ ਵਾ ਜਿੱਦਣ ਤੁਸੀਂ ਧਰਮ ਅਤੇ ਰਾਜਨੀਤੀ ਨੂੰ ਕੰਬਾਈਨ ਕਰ ਲਿਆ। ਬਾਹਰ ਨਾ ਕੱਢੋ, ਧਰਮ ਵੀ ਜ਼ਰੂਰੀ ਹੈ, ਰਾਜਨੀਤੀ ਵਿੱਚ ਨਿਰੇ ਛਿੱਤਰ ਖਾਧਿਆਂ ਵੀ ਕੋਈ ਗੁਜ਼ਾਰਾ ਨਹੀਂ। ਅਤੇ ਅਸੀਂ ਬੜੇ ਧਰਮੀ ਹੁੰਦੇ ਹਾਂ, ਅੱਜ ਧਰਮ ਦਾ ਚੋਗਾ ਪਾ ਕੇ ਅਸੀਂ ਡਾਂਗਾਂ ਖਾਈ ਜਾਂਦੇ ਹਾਂ। ਸਾਨੂੰ ਲਾਂਗਰੀਆਂ ਦੀ ਕੌਮ ਇਹਨਾਂ ਨੇ ਬਣਾ ਦਿੱਤਾ। ਤੁਸੀਂ ਲੰਗਰ ਲਾਓ ਤੇ ਬੜੇ ਚੰਗੇ ਲੱਗਦੇ ਹੋ, ਤੁਸੀਂ ਬਾਰਡਰਾਂ ਤੇ ਪੁੱਤ ਦੇ ਦਿਓ ਬੜੇ ਚੰਗੇ ਲੱਗਦੇ ਹੋ, ਭੁਚਾਲ ਆ ਜਾਵੇ, ਬਿਮਾਰੀ ਆ ਜਾਵੇ, ਤੂਫਾਨ ਆ ਜਾਵੇ, ਤੁਸੀਂ ਚੁੱਕ ਕੇ ਪਾਣੀ ਦੀਆਂ ਬਾਲਟੀਆਂ ਤੁਰ ਪੈਂਦੇ ਹੋ, ਇਹਨਾਂ ਨੂੰ ਬੜੇ ਚੰਗੇ ਲੱਗਦੇ ਹੋ। ਪਰ ਜਿਹੜਾ ਪੁੱਤ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਘਰ 'ਚ ਕੰਮ ਕਰਦਾ ਹੋਵੇ ਤੇ ਸ਼ਾਮਾਂ ਨੂੰ ਆਖੇ ਬਾਪੂ ਮੈਂ ਕੰਮ ਜ਼ਿਆਦਾ ਕੀਤਾ, ਮੈਨੂੰ ਕੁਝ ਨਾ ਕੁਝ ਤੇ ਸ਼ਾਬਾਸ਼ ਹੀ ਦੇ ਛੱਡਿਆ ਕਰ, ਤੇ ਸ਼ਾਬਾਸ਼ ਕੀ ਮਿਲਣੀ ਆ, ਇਵਜ਼ ਵਿੱਚ ਤੁਹਾਡੇ ਤਖ਼ਤ ਉੱਤੇ ਟੈਂਕ ਤੇ ਤੋਪਾਂ ਚੜ੍ਹ ਜਾਣ, ਉਹਦੇ ਇਵਜ਼ ਵਿੱਚ ਤੁਹਾਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਵੇ। ਇਹ ਸ਼ਾਬਾਸ਼ੀ ਸੀ ਕਿ ਉਸ ਸਿਆਣੇ ਪੁੱਤ ਦੀ ਕੀਤੀ ਹੋਈ ਮਿਹਨਤ ਉੱਤੇ ਪਾਣੀ ਪਾਉਣ ਦਾ ਕੰਮ ਤੁਸੀਂ ਕੀਤਾ। ਕੌਮ ਦਾ ਜਥੇਦਾਰ ਧੰਨ ਬਾਬਾ ਦੀਪ ਸਿੰਘ ਕਹਿਣ ਲੱਗਾ, ਬਹਾਦਰੋ ਗੱਲ ਮੇਰੇ ਹਰਿਮੰਦਰ 'ਤੇ ਆਈ ਆ, ਚਲੋ ਚੱਲੀਏ। ਕੌਮੀ ਪਰਵਾਨੇ ਲੈ ਕੇ, ਯੋਧੇ ਲੈ ਕੇ ਕੌਮ ਦਾ ਜਥੇਦਾਰ ਤੁਰਿਆ। ਤਰਨ ਤਾਰਨ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਆਇਆ ਤੇ ਇੱਕ ਲੀਕ ਬਾਬੇ ਨੇ ਜ਼ਮੀਨ ਉੱਤੇ ਖਿੱਚੀ ਆ, ਜਿਹਦਾ ਜ਼ਿਕਰ ਤੁਸੀਂ ਅੱਜ ਵੀ ਕਰਦੇ ਹੋ। ਗੁਰਦੁਆਰਾ ਲਕੀਰ ਸਾਹਿਬ ਵੀ ਹੈਗਾ, ਕਹਿੰਦੇ ਆ ਬਾਬੇ ਨੇ ਲੀਕ ਖਿੱਚੀ ਆ। ਪਰ ਅਸੀਂ ਥੋੜ੍ਹਾ ਜਿਹਾ ਅਧੂਰਾ ਸੱਚ ਬੋਲਦੇ ਹਾਂ। ਉਹ ਲੀਕ ਖਿੱਚ ਕੇ ਬਾਬੇ ਨੇ ਦੂਜਿਆਂ ਨੂੰ ਨਹੀਂ ਵੰਗਾਰਿਆ, ਅਸਲ 'ਚ ਬਾਬੇ ਦੀਪ ਸਿੰਘ ਨੇ ਉਹ ਲੀਕ ਆਪਣੇ ਪੈਰਾਂ 'ਚ ਖਿੱਚੀ ਆ। ਲੀਕ ਇਸ ਕਰਕੇ ਪੈਰਾਂ 'ਚ ਖਿੱਚੀ ਆ ਕਿ ਮੈਂ ਲੀਕ ਪਾਰ ਕਰਕੇ ਖਲੋਤਾ ਵਾਂ, ਆਓ ਜਿੰਨੇ ਜਿੰਨੇ ਆਉਣਾ ਮੇਰੇ ਮਗਰ ਆ ਕੇ ਲੀਕ ਪਾਰ ਕਰੋ। ਆ ਵਾ ਲੀਡਰਸ਼ਿਪ ਦਾ ਗੁਣ, ਜਦੋਂ ਬਿਪਤਾ ਬਣਦੀ ਆ, ਜਦੋਂ ਯੁੱਧ ਦੇ ਵਿੱਚ ਤੁਰਨਾ ਵਾ ਤੇ ਉਦੋਂ ਆਪ ਸਭ ਤੋਂ ਪਹਿਲਾਂ ਲੀਕ ਪਾਰ ਕਰੀਦੀ ਆ। ਪਰ ਜਿਹੜੀ ਲੀਡਰਸ਼ਿਪ ਅੱਜ ਤੁਹਾਡੇ 'ਤੇ ਆ, ਭਾਵੇਂ ਹਰਿਆਣੇ ਵਾਲੀ ਆ, ਭਾਵੇਂ ਪੰਜਾਬ ਵਾਲੀ ਆ, ਭਾਵੇਂ ਯੂਪੀ ਵਾਲੀ ਆ,
ਉਹ ਲੀਕ ਤੁਹਾਡੇ ਪੈਰਾਂ 'ਚ ਖਿੱਚਦੇ ਆ ਅਤੇ ਆਪ ਠੰਡੇ ਏ ਸੀ ਵਾਲੇ ਕਮਰੇ 'ਚ ਬੈਠੇ ਵੀ ਕੰਮ ਹੋ ਜੂ ਅਤੇ ਮੁੜ ਕੇ ਸਰੋਪਾ ਵੀ ਦਵਾ ਦਿਓ ਅਤੇ ਫੋਟੋ ਵੀ ਖਿਚਾ ਲਾਂਗੇ, ਲੀਕ ਤੁਹਾਡੇ ਪੈਰਾਂ 'ਚ ਖਿੱਚ ਦਿੰਦੇ ਆ, ਮਰਾਓ ਬਗਾਨੀਆਂ ਮਾਵਾਂ ਦੇ ਪੁੱਤ ਅਤੇ ਆਪਣਾ ਉੱਲੂ ਸਿੱਧਾ ਕਰਕੇ ਅਤੇ ਪਾਸੇ ਹੋ ਜਾਓ। ਤੁਹਾਡੇ ਕੋਲ ਲੀਡਰਸ਼ਿਪ ਕਿਤੇ ਬਾਬਾ ਦੀਪ ਸਿੰਘ ਵਰਗੀ ਥੋੜ੍ਹਾ ਵਾ। ਕੌਮ ਦੇ ਜਥੇਦਾਰ ਨੇ ਲੀਕ ਖਿੱਚੀ, ਪੰਥ ਦੇ ਪ੍ਰਵਾਨਿਆਂ ਨੇ ਲੀਕ ਨੂੰ ਪਾਰ ਕੀਤਾ, ਉਪਰੰਤ ਜੋੜ ਕੇ ਹੱਥ ਝੁਕਾ ਕੇ ਸੀਸ ਪਾ ਕੇ ਗਲ ਵਿੱਚ ਪੱਲਾ, ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਤਰਨ ਤਾਰਨ ਸਾਹਿਬ ਵਿਖੇ ਇੱਕ ਅਰਦਾਸਾ ਇਉਂ ਕੀਤਾ।
ਤਵੱਜੋ ਨਾ ਪਿਆਰ ਨਾ ਤੁਸੀਂ ਬੈਠੇ ਹੋ, ਆਓ ਮਨ ਬਿਰਤੀ ਇਕਾਗਰ ਕਰੋ, ਦੋਵੇਂ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੇਸ਼ ਕੌਮ ਲਈ ਜੂਝਣ ਲਈ ਚਾਅ ਕਿਹਨਾਂ ਨੂੰ ਨਹੀਂ ਹੁੰਦਾ, ਪਰ ਜਦੋਂ ਗੁਰੂ ਦੀ ਕਿਰਪਾ ਆਵੇ ਉਦੋਂ ਚਾਅ ਪੂਰੇ ਹੋਇਆ ਕਰਦੇ ਆ। ਥਕੇਵੇਂ ਲੱਥ ਜਾਇਆ ਕਰਦੇ ਬੰਦਿਆਂ ਦੇ, ਕੰਮ ਕਰਾਉਣ ਵਾਲਾ ਹੋਵੇ ਸਹੀ ਅਗਲੇ ਬੰਨੇ ਕੋਲ, ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ, ਫਿਰ ਸੀਸ ਤਲੀ ਤੇ ਰੱਖ ਕੇ ਜੂਝਦੇ ਨੇ ਜੋਧੇ। ਅਰਦਾਸ ਕੀਤੀ ਬਾਬਾ ਦੀਪ ਸਿੰਘ ਨੇ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਓ। ਯਾਦ ਰੱਖੋ, ਚੜ੍ਹਦੀ ਕਲਾ ਸ਼ਬਦ ਬਹੁਤ ਮਾਇਨੇ ਰੱਖਦਾ ਬੰਦੇ ਦੀ ਜ਼ਿੰਦਗੀ 'ਚ ਜੇ ਇਹਨੂੰ ਵਰਤਣਾ ਆ ਜਾਵੇ ਤੇ। ਸਿੱਖਾਂ ਦੇ ਕੋਲ ਬੜੀ ਚੜ੍ਹਦੀ ਕਲਾ, ਐਵੇਂ ਨਿੱਕੀ ਨਿੱਕੀ ਗੱਲ 'ਤੇ ਆਪਾਂ ਜਦੋਂ ਡਿੱਗੂ ਡਿੱਗੂ ਕਰਨ ਲੱਗ ਪੈਂਦੇ ਹਾਂ, ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਦੋਂ ਬਰਕਤਾਂ ਆਪਣੇ ਆਪ ਘਰਾਂ 'ਚੋਂ ਉੱਡ ਜਾਂਦੀਆਂ ਨੇ। ਜਦੋਂ ਬੰਦੇ ਦੀ ਜ਼ੁਬਾਨ ਉੱਤੇ ਸ਼ਬਦ ਰਵੇ ਵੀ ਚੜ੍ਹਦੀ ਕਲਾ, ਉਦੋਂ ਬੰਦਾ ਜ਼ਿੰਦਗੀ 'ਚ ਢਹਿੰਦਾ ਨਹੀਂ। ਸਿੱਖਾਂ ਨੇ ਉਹ ਚੜ੍ਹਦੀ ਕਲਾ ਕਰਕੇ ਵਿਖਾਈ ਆ। ਫਿਰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸਾਨੂੰ 1745 ਦੇ ਘੱਲੂਘਾਰੇ ਨੇ ਢਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਉਦੋਂ ਵੀ ਚੜ੍ਹਦੀ ਕਲਾ 'ਚ ਨਿਕਲੇ ਸੀ। ਸਾਨੂੰ 1762 ਦਾ ਵੱਡਾ ਘੱਲੂਘਾਰਾ ਮਿਲਿਆ, ਸਿੱਖ ਉਦੋਂ ਵੀ ਚੜ੍ਹਦੀ ਕਲਾ 'ਚ ਨਿਕਲਾਏ। ਜੂਨ 1984 ਦਾ ਘੱਲੂਘਾਰਾ ਤੁਹਾਡੇ 'ਚੋਂ ਬਹੁਤਿਆਂ ਨੇ ਹੰਢਾਇਆ ਏ, ਪਿੰਡੇ 'ਤੇ ਹੰਢਾ ਕੇ ਵੇਖਿਆ, ਸਿੱਖ ਉਦੋਂ ਵੀ ਚੜ੍ਹਦੀ ਕਲਾ 'ਚ ਨਿਕਲਿਆ। ਇਸ ਦੇਸ਼ ਨੂੰ ਹਰ ਪੱਖ ਤੋਂ, ਇਕੱਲਾ ਇਹ ਦੇਸ਼ ਨਹੀਂ, ਕਨੇਡਾ, ਅਮੈਰੀਕਾ, ਆਸਟ੍ਰੇਲੀਆ ਚਲੇ ਜਾਓ, ਸਿੱਖਾਂ ਦੀ ਚੜ੍ਹਦੀ ਕਲਾ ਹਰ ਜਗ੍ਹਾ ਦੇ ਉੱਤੇ ਹਰ ਵਰਗ ਦੇ ਲੋਕਾਂ ਨੂੰ ਡੋਮੀਨੇਟ ਕਰਦੀ ਹੈ। ਯਾਦ ਰੱਖਿਓ, ਤੁਸੀਂ ਭਾਰਤ ਦੇ ਕਿਸੇ ਸ਼ਹਿਰ 'ਚ ਚਲੇ ਜਾਓ, ਸਿੱਖ ਹਰ ਖੇਤਰ 'ਚ ਅੱਗੇ ਆ, ਚਾਹੇ ਵਪਾਰ ਹੋਵੇ, ਰਾਜਨੀਤੀ ਹੋਵੇ, ਕਿਸਾਨੀ ਹੋਵੇ, ਹਰ ਪੱਖ ਦੇ ਵਿੱਚ ਇਹ ਚੀਜ਼ ਇਹਨਾਂ ਲੋਕਾਂ ਨੂੰ ਕਿੜ ਕਰਦੀ ਆ। ਤੁਹਾਡੇ ਨਾਲ ਸਾੜਾ ਕੋਈ ਨਹੀਂ ਆ, ਸਾੜਾ ਇਹੋ ਹੀ ਆ ਵੀ ਸਾਨੂੰ ਇੱਥੇ ਸਦੀਆਂ 'ਚ ਬੈਠਿਆਂ ਤੋਂ ਹੋ ਚੱਲੇ ਆ। ਇਹ ਸਰਦਾਰ ਕੱਲ੍ਹ ਉੱਠ ਕੇ ਆਏ ਆ, 8-8 ਮੰਜ਼ਲੀ ਕੋਠੀਆਂ ਪਾਈ ਫਿਰਦੇ ਆ। ਇਹਨਾਂ ਦਾ ਬਾਪੂ ਬੜਾ ਤਗੜਾ ਸੀ, ਇਹਨਾਂ ਦਾ ਬਾਪੂ ਬੜਾ ਅਮੀਰ ਸੀ, ਗੁਰੂ ਨਾਨਕ ਪਾਤਸ਼ਾਹ। ਸਰਕਾਰੀ ਅੰਕੜੇ ਕਹਿੰਦੇ ਆ ਤੁਸੀਂ 1.5 ਕਰੋੜ ਇਸ ਦੇਸ਼ ਅੰਦਰ, 2 ਕਰੋੜ ਦੇ ਲੰਮ ਸਮ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ 1% ਵੀ। ਸਰਕਾਰੀ ਅੰਕੜੇ ਪਹਿਲੀ ਤੇ ਗੱਲ ਸਹੀ ਨਹੀਂ ਹੁੰਦੇ, ਇਹ ਮਨੋਬਲ ਜ਼ਰੂਰ ਸੁੱਟਦੇ ਆ ਬੰਦੇ ਦਾ। ਤੁਸੀਂ ਡਿੱਗਦੇ ਡਿੱਗਦੇ ਵੀ ਜੇ ਸਹੀ ਤਰੀਕੇ ਨਾਲ ਕੋਈ ਕਾਊਂਟ ਕਰੇ, ਤੁਸੀਂ ਭਾਰਤ 'ਚ 10 ਕਰੋੜ ਤੋਂ ਘੱਟ ਨਹੀਂ ਜੀ ਹੈਗੇ ਕਿਤੇ ਵੀ।
ਲਿਖ ਕੇ ਕੋਈ ਲੈ ਲਵੇ ਜਾਓ, ਵੱਧ ਹੋਊਗੇ ਘੱਟ ਨਹੀਂ ਹੋਊਗੇ ਇਸ ਤੋਂ ਪੂਰੇ ਭਾਰਤ ਅੰਦਰ। ਫਿਰ ਤੁਸੀਂ ਹਰ ਫੀਲਡ ਅੰਦਰ ਡੋਮੀਨੇਟ ਕਰਦੇ ਹੋ। ਇਹ ਚੀਜ਼ ਇਹਨਾਂ ਨੂੰ ਮਾਰਦੀ ਆ ਕਿ ਅਸੀਂ ਇਹਨਾਂ ਨੂੰ ਸਾੜ ਕੇ ਵੇਖਦੇ ਹਾਂ, ਅਸੀਂ ਇਹਨਾਂ ਨੂੰ ਤਬਾਹ ਕਰਕੇ ਵੇਖਦੇ ਹਾਂ, ਇਹ ਸਗੋਂ ਹਾਵੀ ਹੋ ਕੇ ਬਾਹਰ ਨਿਕਲਦੇ ਆ। ਫਿਰ ਇਕੱਲੇ ਇੱਥੇ ਹੀ ਨਹੀਂ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਸੰਸਾਰ ਦੇ ਵੱਡੇ ਵੱਡੇ ਮੁਲਕਾਂ ਦੇ ਵਿੱਚ ਸਰਦਾਰਾਂ ਨੇ ਜਾ ਕੇ ਡੋਮੀਨੇਟ ਕੀਤਾ, ਬਰਾਬਰ ਦੀ ਧਿਰ ਬਣਾ ਕੇ ਖਲੋਤੇ ਆ ਥੋੜ੍ਹੇ ਸਮੇਂ ਦੇ ਵਿੱਚ। ਇਹ ਚੜ੍ਹਦੀ ਕਲਾ ਹੈ, ਐਵੇਂ ਲੋਕਾਂ ਦੇ ਮਗਰ ਲਾ ਕੇ ਏਜੰਸੀਆਂ ਦਾ ਕੰਮ ਹੁੰਦਾ ਵਾ ਅਫਵਾਹਾਂ ਫੈਲਾ ਕੇ ਅਤੇ ਸਿੱਖਾਂ ਦਾ ਜਲ ਘੱਟ ਗਿਣਤੀਆਂ ਦਾ ਮਨੋਬਲ ਸੁੱਟਣਾ ਵੀ ਤੁਸੀਂ ਮਰ ਚੱਲੇ ਜੋ। ਤੁਸੀਂ ਬੇਸ਼ੱਕ ਘੱਟ ਗਿਣਤੀ ਹੋ, ਸ਼ੇਰ ਜੰਗਲ 'ਚ ਬਹੁਤੇ ਨਹੀਂ ਹੁੰਦੇ, ਭੇਡਾਂ ਬਾਂਦਰ ਬਥੇਰੇ ਹੁੰਦੇ ਆ, ਸ਼ੇਰ ਇੱਕੋ ਹੀ ਹੁੰਦਾ ਵਾ, ਉਹ ਸ਼ੇਰ ਹੋ ਤੁਸੀਂ। ਸ਼ੇਰ ਨੂੰ ਦੱਸਣਾ ਪੈਂਦਾ ਮੈਂ ਸ਼ੇਰ ਹਾਂ। ਤਿੰਨ ਚੀਜ਼ਾਂ ਹੁੰਦੀਆਂ ਵਾ ਜੰਗਲ ਵਿੱਚ ਤਗੜੇ ਹੋਣ ਵਾਸਤੇ, ਜਾਂ ਤਾਂ ਹਾਈਟ ਬਹੁਤ ਜ਼ਿਆਦਾ ਹੋਵੇ, ਜਾਂ ਤਾਕਤ ਬਹੁਤ ਜ਼ਿਆਦਾ ਹੋਵੇ, ਅਤੇ ਦੌੜ ਬਹੁਤੀ ਜ਼ਿਆਦਾ। ਹੁਣ ਸ਼ੇਰ ਦੇ ਨਾਲ ਉਹ ਦੌੜ ਦੇ ਵਿੱਚ ਵੀ ਚੀਤਾ ਅੱਗੇ ਆ। ਜੇ ਹਾਈਟ ਦੀ ਗੱਲ ਕਰ ਲਓ ਤਾਂ ਜਿਰਾਫ ਬਹੁਤ ਵੱਡਾ ਵਾ, ਜੇ ਤਾਕਤ ਦੀ ਗੱਲ ਕਰਨੀ ਹੈ ਤਾਂ ਹਾਥੀ ਸ਼ੇਰ ਤੋਂ ਕਿਤੇ ਤਗੜਾ ਹੋ ਜਾਂਦਾ। ਪਰ ਸ਼ੇਰ ਫਿਰ ਵੀ ਸ਼ੇਰ ਆ, ਨਾ ਉਹਦੀ ਦੌੜ ਜ਼ਿਆਦੀ ਆ, ਨਾ ਉਹਦੀ ਹਾਈਟ ਜ਼ਿਆਦੀ ਆ, ਨਾ ਉਹਦੀ ਤਾਕਤ ਜ਼ਿਆਦੀ ਆ, ਬਸ ਉਹਦਾ ਬਾਹਰ ਨਿਕਲ ਕੇ ਗਰਜਣਾ ਦੱਸਦਾ ਵੀ ਉਹ ਸ਼ੇਰ ਆ, ਸਿੰਘ ਸ਼ੇਰ ਆ। ਸ਼ੇਰ ਸਾਜਿਸ਼ ਨਹੀਂ ਕਰਦਾ, ਇੱਕ ਚੀਜ਼ ਵੇਖਿਓ, ਸਾਜਿਸ਼ ਕਰਦੀ ਆ ਲੂੰਬੜੀ, ਸਾਜਿਸ਼ ਕਰਦੇ ਆ ਕੁੱਤੇ, ਛੋਟੀ ਬਿਰਤੀ ਦੇ ਲੋਕ। ਸਿੱਖ ਸਰਦਾਰ ਕਦੀ ਸਾਜਿਸ਼ ਨਹੀਂ ਕਰਦਾ, ਉਹ ਸ਼ੇਰ ਵਰਗਾ ਵਾ, ਦੂਰੋਂ ਖਲੋ ਕੇ ਲਲਕਾਰਦਾ ਵਾ, ਕਿਲੋਮੀਟਰਾਂ ਤੱਕ ਉਹਦੀ ਧੌਂਸ ਜਾਂਦੀ ਆ। ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਸ਼ੇਰ ਬਣਾਏ ਹੋ, ਜਿੱਥੇ ਖਲੋ ਕੇ ਲਲਕਾਰਾ ਮਾਰ ਦਿਓਗੇ ਸਾਰੀ ਦੁਨੀਆ ਡੋਮੀਨੇਟ ਕਰਦੇ ਜਾਓਗੇ। ਤੁਸੀਂ ਸਾਜਿਸ਼ੀ ਸੁਭਾਅ ਦੇ ਬੰਦੇ ਨਹੀਂ ਜੋ, ਇਸੇ ਕਰਕੇ ਸਾਡਾ ਨਿਆਰਾਪਨ ਹੈ ਅਤੇ ਨਿਆਰਾਪਨ ਇਹਨਾਂ ਨੂੰ ਚੁੱਭਦਾ। ਕੌਮ ਦੇ ਜਥੇਦਾਰ ਨੇ ਅਰਦਾਸਾ ਸੋਧਿਆ, ਗੋਲਵੜ ਦੇ ਮੈਦਾਨੇ ਜੰਗ ਅੰਦਰ ਧੰਨ ਬਾਬਾ ਦੀਪ ਸਿੰਘ ਨੂੰ ਰੋਕਣ ਵਾਸਤੇ ਫੌਜਾਂ ਅੱਗੇ ਵਧੀਆਂ। 11 ਨਵੰਬਰ 1757 ਦਾ ਸੂਰਜ ਚੜ੍ਹਿਆ, ਏਸ਼ੀਆ ਦੀਆਂ ਦੋ ਵੱਡੀਆਂ ਕੌਮਾਂ ਖਲੋਤੀਆਂ ਮੋ ਸਾਹਮਣੇ। ਇੱਕ ਸਰਦਾਰ ਆ ਜਿਨ੍ਹਾਂ ਦਾ ਕੋਈ ਲੀਡਰ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕੋਈ ਨਹੀਂ ਸੀ, ਟੁੱਟੀਆਂ ਕਿਰਪਾਨਾਂ, ਮਰੀਅਲ ਘੋੜੇ। ਅਗਲੇ ਬੰਨੇ ਉਹ ਅਫਗਾਨੀ ਸਰਦਾਰ ਜਿਨ੍ਹਾਂ ਦੀ ਤੂਤੀ ਏਸ਼ੀਆ 'ਚ ਬੋਲਦੀ ਸੀ ਉਹਨਾਂ ਦਿਨਾਂ 'ਚ, ਅਤੇ ਅਫਗਾਨੀਏ ਮੰਨਦੇ ਸੀ ਵੀ ਸਾਡੇ ਅੱਗੇ ਅੜ ਕੋਈ ਨਹੀਂ ਸਕਦਾ, ਪਰ ਅਫਗਾਨੀਆਂ ਦੇ ਨਾਲ ਅੱਜ ਸਰਦਾਰਾਂ ਦਾ ਮੁਕਾਬਲਾ ਸੀ। ਏਸ਼ੀਆ ਦੀਆਂ ਦੋ ਵੱਡੀਆਂ ਕੌਮਾਂ 11 ਨਵੰਬਰ 1757 ਨੂੰ ਮਾਝੇ ਦੀ ਧਰਤੀ ਗੋਲਵੜ ਦਾ ਮੈਦਾਨੇ ਜੰਗ। ਇੱਕ ਉਹ ਬੰਦੇ ਆ ਜਿਹੜੇ ਤੁਹਾਡੇ ਤਖ਼ਤ ਢਾਉਣ ਡਏ ਆ, ਇੱਕ ਬੰਨੇ ਬਾਬਾ ਦੀਪ ਸਿੰਘ ਆ ਜਿਹੜੇ ਆਪਣੇ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਆਏ ਆ, ਇੱਕ ਦੂਜੇ 'ਤੇ ਵੱਧ ਵੱਧ ਕੇ ਵਾਰ ਇਉਂ।
ਹੋ ਗਏ ਚਾਰ ਮਾਂਦੇ ਸੇਰੀ ਅਸਵਾਰ ਉਹਨਾਂ ਪੱਥੀਆਂ ਚੋਂ ਕੱਢ ਲੈ ਕਰੂੰਡੀਏ ਕਰੂੰਡੀਏ ਪੱਥੀਆਂ ਚੋਂ ਕੱਢ ਲੈ ਕਰੂੰਡੀਏ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। 11 ਨਵੰਬਰ ਸਨ 1757 ਦਾ ਸੂਰਜ ਚੜ੍ਹਦਾ ਚੜ੍ਹਦਾ ਬਿਲਕੁਲ ਸਿਖਰ ਤੇ ਆ ਚੁੱਕਾ ਸੀ, ਪਰ ਇਸ ਜੰਗ ਨੇ ਅਜੇ ਬਹੁਤ ਕੁਝ ਡਿਸਾਈਡ ਕਰਨਾ ਬਾਕੀ ਸੀ। ਖਾਲਸਾ ਸੀ ਆਪਣੇ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਵਧਿਆ ਹੋਇਆ, ਦੂਜੇ ਬੰਨੇ ਉਹ ਬੰਦੇ ਸੀ ਜਿਹੜੇ ਤਨਖਾਹਾਂ ਕਰਕੇ ਲੁੱਟ ਮਾਰ ਕਰਕੇ ਮੈਦਾਨੇ ਜੰਗ ਚ ਵਧੇ ਹੋਏ ਸੀ। ਫਰਕ ਪੈਂਦਾ ਬੰਦੇ ਦੇ ਉੱਤੇ ਮਾਨਸਿਕ ਬਹੁਤ ਜ਼ਿਆਦਾ ਇਸ ਚੀਜ਼ ਦਾ, ਪੈਸੇ ਲੈ ਕੇ ਕੰਮ ਕਰਨ ਚ ਬੜਾ ਫਰਕ ਆ, ਜਦੋਂ ਬੰਦਾ ਉਦਾਂ ਵਿਚਰਦਾ ਉਹਦੇ ਚ ਇੱਕ ਬੜਾ ਵੱਡਾ ਫਰਕ ਆ। ਜਦੋਂ ਬੰਦਾ ਪੈਸੇ ਲੈ ਕੇ ਕੰਮ ਕਰਦਾ ਫਿਰ ਇੱਕ ਬੰਦਿਸ਼ ਚ ਬੱਝਾ ਹੁੰਦਾ, ਉਹ ਘੜੀ ਦੀ ਬੰਦਿਸ਼ ਵੀ ਹੁੰਦੀ ਆ, ਇੱਕ ਹਰ ਪੱਖ ਦੀ ਉਹ ਬੰਦਿਸ਼ ਨੂੰ ਵੇਖਦਾ। ਜਦੋਂ ਉਹਨੂੰ ਇਸ ਚੀਜ਼ ਦਾ ਨਹੀਂ ਹੁੰਦਾ ਫਿਰ ਉਹ ਕਹਿੰਦਾ ਕੋਈ ਨਹੀਂ ਵੱਧ ਕੀ ਤੇ ਘੱਟ ਕੇ। ਇੱਕ ਬੰਨੇ ਉਹ ਬੰਦੇ ਆ ਜਿਹੜੇ ਗੁਰਧਾਮਾਂ ਦੀ ਆਜ਼ਾਦੀ ਲਈ ਵਧੇ ਆ, ਉਹ ਸਿਰਫ ਅਰਦਾਸ ਕਰਕੇ ਆਏ ਆ, ਜਾਂ ਰਵਾਂਗੇ ਤੇ ਜਾਂ ਜਿੱਤ ਕੇ ਜਾਵਾਂਗੇ, ਹਾਰ ਕੇ ਨਹੀਂ ਜਾਣਾ। ਇੱਕ ਬੰਨੇ ਉਹ ਬੰਦੇ ਆ ਜਿਹੜੇ 72-72 ਹੂਰਾਂ ਦੇ ਲਾਲਚ ਦੇ ਵਿੱਚ, ਅੰਗੂਰਾਂ ਦੀ ਸ਼ਰਾਬ ਦੇ ਲਾਲਚ ਅੰਦਰ ਮੈਦਾਨੇ ਜੰਗ 'ਚ ਲੜ ਰਹੇ। ਫਰਕ ਪੈ ਗਿਆ। ਵੇਖਦੇ ਵੇਖਦੇ ਸਿੱਖਾਂ ਨੇ ਅਫਗਾਨੀ ਪਠਾਨ ਅੱਗੇ ਰੱਖ ਲਏ। ਜਦੋਂ ਤੁਸੀਂ ਕਦੇ ਉਸ ਇਲਾਕੇ 'ਚ ਜਾਓ ਜਿੱਥੇ ਉਹ ਜੰਗ ਹੁੰਦਾ ਹੈ, ਅੰਮ੍ਰਿਤਸਰ ਤੋਂ ਤਰਨ ਤਾਰਨ ਦੇ ਵਿਚਲਾ ਏਰੀਆ, ਉੱਥੇ ਦੋ ਪਿੰਡ ਬਹੁਤ ਵੱਡੀ ਮਹਾਨਤਾ ਰੱਖਦੇ ਆ। ਵੈਸੇ ਜੰਗ ਤਾਂ ਉਹ ਏਰੀਏ 'ਚ ਕਾਫੀ ਵੱਡਾ ਹੋਇਆ, ਪਰ ਜੇ ਤੁਹਾਨੂੰ ਬਹੁਤੇ ਸ਼ਹੀਦਾਂ ਦੇ ਅਸਥਾਨ ਵੇਖਣੇ ਹੋਣ, ਦੋ ਪਿੰਡ ਨੇ ਆਮੋ ਸਾਹਮਣੇ, ਪਿੰਡ ਚੱਬਾ ਅਤੇ ਵਰਪਾਲ।
ਮੇਰੇ ਤੋਂ ਤਕਰੀਬਨ 10-12 ਕਿਲੋਮੀਟਰ ਦੀ ਵਿੱਥ ਤੇ ਨੇ। ਮੈਂ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਦੀਵਾਨ ਕੀਤੇ ਆ। ਪਿੰਡ ਵਰਪਾਲ ਵਿੱਚ ਘੱਟੋ ਘੱਟ 40 ਉਹਨਾਂ ਸ਼ਹੀਦਾਂ ਦੇ ਅਸਥਾਨ ਆ। ਸਿੰਘ ਦੇ ਯੋਧੇ ਵੱਧ ਵੱਧ ਕੇ ਲੜਦੇ ਆ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਅੰਦਰ ਸਭ ਤੋਂ ਪਹਿਲਾਂ ਜਾ ਕੇ ਸੀਸ ਕਿੰਨੇ ਭੇਟਾ ਕਰਨਾ, ਇੱਕ ਦੌੜ ਲੱਗੀ ਹੋਈ ਆ। ਪਿੰਡ ਵਰਪਾਲ ਜਿੱਥੇ ਵੱਡੇ ਵੱਡੇ ਬਹਾਦਰ ਯੋਧਿਆਂ ਦਾ ਮੁਕਾਬਲਾ ਇੱਥੇ ਹੋਇਆ, ਬਾਬੇ ਜਵੰਦ ਸਿੰਘ ਵਰਗਾ ਇੱਥੇ ਸ਼ਹੀਦ ਹੁੰਦਾ ਹੈ। ਬਾਬਾ ਬਲਵੰਤ ਸਿੰਘ ਦਾ ਬਹੁਤ ਵੱਡਾ ਨਾਮ ਆ ਨਿਹੰਗ ਸਿੰਘ, ਉਹਦਾ ਦੋ ਸਕੇ ਭਰਾਵਾਂ ਨਾਲ ਮੁਕਾਬਲਾ ਪਿੰਡ ਵਰਪਾਲਾਂ 'ਚ ਹੀ ਹੋਇਆ ਸੀ। ਉਦਣ ਉਹ ਦੋ ਸਕੇ ਭਰਾ ਸੀ, ਰੁਸਤਮ ਖਾਂ ਤੇ ਜ਼ਬਰਦਸਤ ਖਾਂ। ਰੁਸਤਮ ਖਾਂ ਜਦੋਂ ਬਾਬੇ ਦੇ ਹੱਥੋਂ ਮਰਿਆ, ਬਾਬੇ ਬਲਵੰਤ ਸਿੰਘ ਦੇ ਹੱਥੋਂ ਮਰਿਆ, ਤੇ ਜ਼ਬਰਦਸਤ ਖਾਂ ਨੇ ਆ ਕੇ ਫਿਰ ਬਾਬੇ ਬਲਵੰਤ ਸਿੰਘ ਨੂੰ ਵੰਗਾਰਿਆ ਸੀ। ਉਹ ਕਹਿਣ ਲੱਗਾ, ਬਹਾਦਰਾ, ਚੱਕਰ ਦੇ ਨਾਲ ਸੂਰਮਾ ਮਾਰ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ। ਤੇ ਬਾਬਾ ਬਲਵੰਤ ਸਿੰਘ ਕਹਿੰਦਾ, ਤੂੰ ਹੱਥੋਂ ਹੱਥੀ ਲੜ ਕੇ ਵੇਖ ਲਾ, ਜਿੱਦਾਂ ਕਵੇਂਗਾ ਤੇਗ ਨਾਲ ਲੜਨਾ ਤੇਗ ਨਾਲ ਲੜਨਾ, ਤੀਰ ਨਾਲ ਲੜਨਾ ਤੀਰ ਨਾਲ, ਲੜ ਕੇ ਵੇਖ ਲਾ। ਜੇ ਗੁੱਥਮ ਗੁੱਥਾ ਹੋ ਕੇ ਵੇਖਣਾ ਤੇ ਤਾਂ ਵੀ ਵੇਖ ਲਾ। ਜਦੋਂ ਆ ਹੀ ਲੜਨ ਵਾਸਤੇ ਗਏ ਆ, ਫਿਰ ਲੜਨ ਲੱਗਿਆ ਕੰਡੀਸ਼ਨਾਂ ਖਤਮ ਹੋ ਜਾਂਦੀਆਂ। ਲੜਾਈ 'ਚ ਕਾਹਦੀਆਂ ਕੰਡੀਸ਼ਨਾਂ, ਵੀ ਤੂੰ ਚਪੇੜ ਸੱਜੇ ਹੱਥ ਦੀ ਨਾ ਮਾਰੀ, ਖੱਬੇ ਦੀ ਮਾਰੀ, ਅਗਲੇ ਦਾ ਜੀ ਗੁਰੂ ਦੇ ਗਲ ਵੀ ਘੁੱਟ ਕੇ ਜਾਊਗਾ। ਲੜਾਈ 'ਚ ਕਾਹਦੀ ਕੰਡੀਸ਼ਨ ਆ, ਜਦੋਂ ਲੜੀ ਪਈ। ਕੌਮ ਦਾ ਜਥੇਦਾਰ ਕਹਿੰਦਾ ਇੱਦਾਂ ਨਹੀਂ। ਜ਼ਬਰਦਸਤ ਖਾਂ ਨੂੰ ਮਾਣ ਬੜਾ ਸੀ, ਉਹ ਇੰਨਾ ਮਾਣ ਵਿੱਚ ਆ ਗਿਆ, ਕਹਿਣ ਲੱਗਾ, ਤੇਰੇ ਵਰਗੇ ਲੰਮੇ ਚੋਲਿਆਂ ਵਰਗੇ ਬੰਦੇ ਸਾਡੇ ਪਠਾਣਾਂ ਦੀਆਂ ਧੌਲਾਂ ਨਹੀਂ ਚੱਲ ਸਕਦੇ। ਕੌਮ ਦਾ ਜਥੇਦਾਰ ਕਹਿੰਦਾ, ਹੋਰ ਦੱਸ। ਕਹਿੰਦਾ, ਮੇਰਾ ਨਾਂ ਜ਼ਬਰਦਸਤ ਖਾਂ ਵਾ, ਵੇਖ ਮੇਰੇ ਨਾਂ ਦੇ ਵਿੱਚ ਕਿੰਨਾ ਦਮ ਆ, ਮੇਰੀ ਮਾਂ ਨੇ ਮੇਰਾ ਨਾਂ ਕਿੰਨਾ ਸਵਾਰ ਕੇ ਰੱਖਿਆ। ਕੌਮ ਦਾ ਜਥੇਦਾਰ ਕਹਿੰਦਾ, ਜੇ ਤੇਰੀ ਮਾਂ ਨੇ ਤੇਰਾ ਨਾਂ ਸਵਾਰ ਕੇ ਰੱਖਿਆ ਤੇ ਰੀਝ ਮੇਰੀ ਮਾਂ ਨੇ ਵੀ ਘੱਟ ਨਹੀਂ ਲਾਈ। ਜੇ ਤੂੰ ਜ਼ਬਰਦਸਤ ਖਾਂ ਵਾ ਤੇ ਮੈਂ ਬਲਵੰਤ ਸਿੰਘ ਆ। ਉਹ ਅੱਗੋਂ ਆਵਾਜ਼ ਮਾਰ ਕੇ ਕਹਿੰਦਾ, ਮੈਂ ਪਠਾਣੀ ਮਾਈ ਦਾ ਦੁੱਧ ਚੁੰਗਿਆ। ਤੇ ਬਾਬਾ ਬਲਵੰਤ ਸਿੰਘ ਹੱਸ ਕੇ ਕਹਿੰਦਾ, ਜੇ ਤੂੰ ਪਠਾਣੀ ਮਾਈ ਦਾ ਦੁੱਧ ਚੁੰਗਿਆ, ਮੈਂ ਪੰਜਾਬਣ ਮਾਈ ਦਾ ਦੁੱਧ ਚੁੰਗਿਆ ਏ। ਨਾਲ ਦੀ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀਆਂ ਧਾਰਾਂ ਵੀ ਲਈਆਂ, ਆ ਕਰ ਗੱਲ ਜਿੱਥੇ ਕਰਨੀ ਆ। ਇੱਕ ਮੈਂ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦੇਸ਼ ਦੀ ਰੂਹ ਬਦਲੀ ਆ। ਸਦੀਆਂ ਤੋਂ ਦੁਰਕਾਰੇ ਜਾਂਦੇ, ਸ਼ੂਦਰ ਕਹੇ ਜਾਂਦੇ, ਨੀਵੇਂ ਕਹੇ ਜਾਂਦੇ ਲੋਕ, ਉਹਨਾਂ ਦੀ ਕਾਇਆ ਕਲਪ ਕਰ ਦਿੱਤੀ ਸੀ। ਮਹਾਰਾਜ ਨੇ ਸਾਡੀ ਇਕੱਲੀ ਸ਼ਕਲ ਨਹੀਂ ਬਦਲੀ, ਅਕਲ ਨਹੀਂ ਬਦਲੀ, ਖਾਣ ਪੀਣ ਨਹੀਂ ਬਦਲਿਆ, ਰਹਿਣ ਸਹਿਣ ਨਹੀਂ ਬਦਲਿਆ। ਮਹਾਰਾਜ ਨੇ ਸਾਡੀ ਤਰਜ਼ੇ ਜ਼ਿੰਦਗੀ ਨਹੀਂ ਬਦਲੀ, ਮਹਾਰਾਜ ਨੇ ਸਾਡੇ ਨਾਂ ਵੀ ਬਦਲ ਦਿੱਤੇ। ਨਾਂ ਸਭ ਤੋਂ ਜ਼ਿਆਦਾ ਇੰਪੈਕਟ ਪਾਉਂਦਾ ਬੰਦੇ ਦਾ ਜ਼ਿੰਦਗੀ ਦੇ ਵਿੱਚ, ਨਾਂ ਹੀ ਤਾਂ ਹੁੰਦਾ ਮਾਂ ਬਾਪ ਦਾ ਗਿਫਟ। ਨਾਂ ਬੰਦੇ ਦੀ ਜ਼ਿੰਦਗੀ 'ਚ ਬਹੁਤ ਵੱਡਾ ਮਾਇਨੇ ਰੱਖਦਾ। ਕਦੀ ਭਾਰਤ ਉੱਤੇ ਜਿਹੜੇ ਹਮਲਾਵਰ ਚੜ੍ਹ ਕੇ ਆਉਂਦੇ ਸੀ ਨਾ, ਉਹਨਾਂ ਦੇ ਨਾਂ ਪੜ੍ਹ ਕੇ ਵੇਖੋ, ਅਲਾਉਦੀਨ ਖਿਲਜੀ, ਜ਼ਹੀਰਉਦੀਨ ਬਾਬਰ, ਮਹਿਮੂਦ ਗਜਨਵੀ, ਮੁਹੰਮਦ ਗੌਰੀ, ਨਾਦਰ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ। ਤੇ ਸਾਡੇ ਅੱਗੇ ਲੜਨ ਵਾਲੇ ਕਿਹੜੇ ਹੁੰਦੇ ਸੀ? ਕੋਈ ਠੰਡਾ ਰਾਮ ਤੇ ਕੋਈ ਤੱਤਾ ਰਾਮ।
ਮਹਾਰਾਜ ਨੇ ਕਿਹਾ ਤੁਹਾਡੇ ਤੇ ਨਾਵਾਂ ਜੀ ਸਾਹ ਸੱਤਿਆ ਨੇ ਅਗੀ ਲੜਨਾ ਤੁਸੀਂ ਖੇ ਆ ਪਟਾਣਾ ਦੇ ਨਾਲ। ਮਹਾਰਾਜ ਨੇ ਕਿਹਾ ਪਹਿਲਾਂ ਨਾਂ ਬਦਲੋ ਆਪਣੇ, ਨਾਂ ਰੱਖੇ ਮਹਾਰਾਜ ਨੇ ਆਪਣੇ ਪੁੱਤਾਂ ਤੋਂ ਸ਼ੁਰੂ ਕੀਤੇ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਦਇਆ ਸਿੰਘ, ਰਾਮ ਸਿੰਘ, ਸ਼ਾਮ ਸਿੰਘ, ਹਰੀ ਸਿੰਘ, ਫੂਲਾ ਸਿੰਘ, ਮਾਨ ਸਿੰਘ, ਦਾਨ ਸਿੰਘ। ਨਾਂ ਲਓ ਤੇ ਬੰਦੇ ਦਾ ਮੂੰਹ ਭਰ ਜਾਵੇ ਇੱਕ ਵਾਰੀ। ਨਾਂ ਉਹ ਥੋੜ੍ਹਾ ਜਿਹੜੇ ਅਸੀਂ ਅੱਜ ਨਿਆਣਿਆਂ ਦੇ ਰੱਖਣ ਲੱਗ ਪਏ ਹਾਂ, ਅੱਜ ਮਾਂ ਪਿਓ ਨਿਆਣਿਆਂ ਦੇ ਉਹ ਨਾਂ ਰੱਖਦੇ ਜਿਹੜੇ ਪਹਿਲੀ ਤੇ ਗੱਲ ਸਾਡੇ ਦਾਦੇ ਦਾਦੀਆਂ ਨੂੰ ਆਉਂਦੇ ਹੀ ਨਹੀਂ ਆ। ਔਖਾ ਜਿਹਾ ਨਾਂ ਰੱਖਣਾ ਉਹ ਸੋਚ ਕੇ, ਨਾ ਉਹ ਪੰਜਾਬੀ ਆ, ਨਾ ਉਹ ਨਾਂ ਇੰਗਲਿਸ਼ ਵਿੱਚ ਆ, ਨਾ ਉਹ ਨਾਂ ਹੋਰ ਕੇ ਭਾਸ਼ਾ ਦੇ ਵਿੱਚ ਆ, ਰੱਖਿਆ ਕੁਝ ਹੋਰ ਹੁੰਦਾ। ਬਜ਼ੁਰਗ ਦਾਦੇ ਦਾਦੀਆਂ ਹੋਰ ਹੀ ਕੁਝ ਬਣਾਈ ਫਿਰਦੇ ਆ, ਵੇਖਿਓ ਸਹੀ ਕਿਤੇ ਵਰਤ ਕੇ। ਨਾਂ ਨਿਆਣਿਆਂ ਦਾ ਐਡਾ ਸਵਾਰ ਕੇ ਰੱਖਿਆ ਕਰੋ। ਉਹ ਸਰਕਾਰੀ ਕਾਲਮ ਹੁੰਦਾ ਨਾ ਇੱਕ, ਜਦੋਂ ਕੋਈ ਸਕੀਮ ਲੈਣ ਜਾਈਏ ਜਾਂ ਦਫ਼ਤਰੇ ਜਾਈਏ ਤਾਂ ਇੱਕ ਕੌਲਮ ਦਿੰਦੇ ਆ ਵੀ ਉਹਦੇ 'ਚ ਨਾਂ ਸਾਈਨ ਕਰੋ ਆਪਣਾ। ਤੁਹਾਡਾ ਨਾਂ ਇੱਦਾਂ ਕਦੇ ਹੋਣਾ ਚਾਹੀਦਾ ਵੀ ਘੱਟੋ ਘੱਟ ਉਸ ਫਾਰਮ ਦੇ ਪੰਨੇ 'ਚੋਂ ਬਾਹਰ ਨੂੰ ਤਾਂ ਨਿਕਲੇ ਇੱਕ ਵਾਰੀ, ਏਡਾ ਕੁ ਨਾਂ ਤਾਂ ਹੋਵੇ ਬੰਦੇ ਦਾ। ਇਹ ਕਿਹੜਾ ਨਾਂ ਹੋਇਆ ਵੀ ਸਿਰ 'ਤੇ ਜੂੜਾ ਹੋਵੇ, ਮੂੰਹ 'ਤੇ ਦਾੜਾ ਹੋਵੇ ਅਤੇ ਨਾਂ ਮਿੰਟੂ ਰੱਖਿਆ ਹੋਵੇ, ਚਿੰਟੂ ਰੱਖਿਆ। ਉੱਦਾਂ ਹੀ ਅੱਧੀ ਸਾਹ ਸੱਤਿਆ ਮਰ ਜਾਂਦੀ ਬੰਦਿਆਂ ਦੀ। ਸਰਦਾਰਾਂ ਦੇ ਨਾਂ ਸਰਦਾਰਾਂ ਵਰਗੇ ਹੋਇਆ ਕਰਦੇ ਆ, ਸਰਦਾਰਾਂ ਦੇ ਨਾਵਾਂ 'ਚ ਬਰਕਤ ਹੋਇਆ ਕਰਦੀ ਆ। ਅਤੇ ਕਿਤੇ ਵੀ ਸਰਦਾਰ ਬਣ ਕੇ ਜਾਓ, ਸਿਰ 'ਤੇ ਪੱਗ ਬੰਨ ਕੇ ਜਾਓ, ਇਹ ਨਹੀਂ ਵੀ ਚਿਹਰੇ 'ਤੇ ਦਾੜਾ ਖੁੱਲ੍ਹਾ ਹੋਵੇ ਅਤੇ ਉੱਤੇ ਪਟਕਾ ਬੰਨਿਆ ਹੋਵੇ, ਉਹ ਵੀ ਅੱਧਿਓਂ ਜ਼ਿਆਦਾ ਅਸਰ ਤੁਸੀਂ ਆਪਣਾ ਆਪ ਹੀ ਮਾਰ ਲੈਂਦੇ ਹੋ। ਸਮਾਜ ਅੰਦਰ ਵਿਚਰੋ, ਸਰਦਾਰ ਬਣ ਕੇ ਵਿਚਰੋ, ਲੋਕ ਤੁਹਾਨੂੰ ਸਰਦਾਰ ਜੀ ਕਹਿ ਕੇ ਬਾਜਵਾ। ਆਓ ਤੱਕੋ ਜ਼ਬਰਦਸਤ ਖਾਂ ਅਤੇ ਬਾਬੇ ਬਲਵੰਤ ਸਿੰਘ ਦਾ ਮੁਕਾਬਲਾ ਹੋਇਆ, ਦੋਵੇਂ ਲੜ ਕੇ ਸ਼ਹੀਦ ਹੋਏ। ਜਰਨੈਲ ਵਧਿਆ ਸਰਦਾਰ ਦਿਆਲ ਸਿੰਘ, ਅਗਲੇ ਬੰਨੇ ਆਇਆ ਅਮੀਰ ਜਾਨ ਖਾਂ। ਦਿਆਲ ਸਿੰਘ ਦਾ ਮੁਕਾਬਲਾ ਅਮੀਰ ਜਾਨ ਖਾਂ ਨਾਲ ਹੋਣ ਲੱਗਾ ਹੈ। ਦਿਆਲ ਸਿੰਘ ਘੋੜੇ 'ਤੇ ਆ, ਅਮੀਰ ਜਾਨ ਖਾਂ ਹਾਥੀ ਦੇ ਉੱਤੇ ਆ। ਹਾਥੀ ਵਾਲੇ ਦਾ ਮੁਕਾਬਲਾ ਘੋੜੇ 'ਤੇ ਸਵਾਰ ਸਰਦਾਰ ਦੇ ਨਾਲ ਇਉਂ ਹੁੰਦਾ। ਅਮੀਰ ਜਾਨ ਖਾਨ ਨੇ ਝੁਕਿਆ ਖਾਲਸਾ ਤਲਾ ਤੇ ਆ, ਝੁਕਿਆ ਖਾਲਸਾ ਤਲਾ ਤੇ ਆ। ਨਿਗਾਹ ਪੈ ਗਿਆ ਦਿਆਲ ਸਿੰਘ ਸ਼ੇਰ ਦੀ, ਨਿਗਾਹ ਪੈ ਗਿਆ ਦਿਆਲ ਸਿੰਘ ਸ਼ੇਰ ਦੀ। ਡਾਬਾ ਮਾਰ ਕੇ ਲਿਆ ਟਕਾ, ਡਾਬਾ ਮਾਰ ਕੇ ਲਿਆ ਟਕਾ।
ਪੁੱਤਰ ਚੱਲਾ ਆਵਦਾ ਏ ਤੈਨੂੰ ਮਹਤ ਪਿੱਛੇ ਰਹੀਏ ਬੁਲਾ ਤੈਨੂੰ ਮਹਤ ਪਿੱਛੇ ਰਹੀਏ ਬੁਲਾ ਸਿੰਘ ਪੱਥੇ ਵਿੱਚੋਂ ਕੱਢ ਕੇ ਕਰੁੰਡੀਆ ਸਿੰਘ ਪੱਥੇ ਵਿੱਚੋਂ ਕੱਢ ਕੇ ਕਰੁੰਡੀਆ ਕ੍ਰੋਧ ਨਾਲ ਛੱਡਿਆ ਖੰਬਾ ਬਾਜ ਦਿੱਤਾ ਸੂਰਮੇ ਉਡਾ ਖੰਬਾ ਬਾਜ ਦਿੱਤਾ ਸੂਰਮੇ ਉਡਾ ਤਾਰਾ ਜਿਸ ਤਰ੍ਹਾਂ ਆਕਾਸ਼ ਚੋਂ ਟੁੱਟਦਾ ਤਾਰਾ ਜਿਸ ਤਰ੍ਹਾਂ ਹੋ ਤਾਰਾ ਜਿਸ ਤਰ੍ਹਾਂ ਆਕਾਸ਼ ਚੋਂ ਟੁੱਟਦਾ ਹੱਥ ਬਾਹਰ ਜਿਵੇਂ ਛੱਡਦਾ ਹਵਾ ਹੱਥ ਬਾਹਰ ਜਿਵੇਂ ਛੱਡਦਾ ਹਵਾ ਛਾਤੀ ਆਣ ਕੇ ਜਵਾਨ ਦੀ ਲੱਗਿਆ ਛਾਤੀ ਲੱਗਿਆ ਅਮੀਰ ਜਾਨ ਖਾਣ ਦੇ ਹਾਥੀ ਉੱਤੋਂ ਥੱਲੇ ਡਿੱਗ ਆਇਆ ਹਾਥੀ ਉੱਤੋਂ ਥੱਲੇ ਡਿੱਗ ਆਇਆ ਚੰਦਰ ਮੁਖੀ ਚਾੜ ਕੇ ਸੀਸ ਦਿੱਤਾ ਜੈਦ ਰਥ ਦਾ ਉਡਾ ਮਾਨੋ ਅਰਜੁਨ ਚੰਦਰ ਮੁਖੀ ਚਾੜ ਕੇ ਮਾਨੋ ਅਰਜੁਨ ਚੰਦਰ ਮੁਖੀ ਚਾੜ ਕੇ ਸੀਸ ਦਿੱਤਾ ਜੈਦ ਰਥ ਦਾ ਉਡਾ ਸੀਸ ਦਿੱਤਾ ਜੈਦ ਰਥ ਦਾ ਉਡਾ ਸੀਸ ਦਿੱਤਾ ਜੈਦ ਰਥ ਦਾ ਉਡਾ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਇਹ ਜੰਗ ਉਹ ਜੰਗ ਸੀ ਜਿਸ ਜੰਗ ਨੇ ਆਉਣ ਵਾਲੀਆਂ ਪੀੜ੍ਹੀਆਂ ਦਾ ਇਤਿਹਾਸ ਬਦਲਣਾ ਸੀ
ਪਿੰਡ ਵਰਪਾਲਾਂ ਤੋਂ ਤੁਰਦਿਆਂ ਤੁਰਦਿਆਂ ਸਰਦਾਰ ਮਗਰ ਮਗਰ ਆਉਂਦੇ ਨੇ, ਪਠਾਨ ਅੱਗੇ ਅੱਗੇ ਜਾਂਦੇ ਨੇ, ਜਿੱਥੇ ਜਿੱਥੇ ਸਿੰਘ ਸ਼ਹੀਦ ਹੋਏ ਨੇ ਉੱਥੇ ਉੱਥੇ ਯਾਦਗਾਰੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਹੁਣ ਜਦੋਂ ਅਸੀਂ ਅੰਮ੍ਰਿਤਸਰ ਤੋਂ ਤਰਨ ਤਾਰਨ ਆਉਂਦੇ ਹਾਂ, ਇੱਕ ਰੋਡ ਦੇ ਉੱਤੇ ਜੇ ਤੁਸੀਂ ਉਸ ਵਾਏ 'ਚੋਂ ਲੰਘੇ ਹੋ, ਕਦੀ ਬਿਲਕੁਲ ਸੜਕ ਦੇ ਉੱਤੇ ਇੱਕ ਮਹਾਂਪੁਰਸ਼ ਦਾ ਸਥਾਨ ਆ, ਬਾਬਾ ਨੌਦ ਸਿੰਘ ਦਾ ਸ਼ਹੀਦੀ ਅਸਥਾਨ। ਦੁਨੀਆਂ ਦਾ ਹਰ ਸਿੱਖ ਜਦੋਂ ਉਸ ਏਰੀਏ 'ਚੋਂ ਲੰਘਦਾ, ਉਸ ਰੋਡ ਦੇ ਉੱਤੋਂ ਲੰਘਦਾ, ਆਪ ਮੁਹਾਰੇ ਉਹ ਖਲੋ ਜਾਂਦਾ, ਭਾਵੇਂ ਉਹ 50 ਲੱਖ ਦੀ ਗੱਡੀ 'ਤੇ ਚੜਿਆ ਜਾਵੇ ਅਤੇ ਭਾਵੇਂ ਉਹ ਸਾਈਕਲ 'ਤੇ ਚੜਿਆ ਜਾਵੇ। ਸ਼ਹੀਦਾਂ ਦਾ ਖੂਨ ਰੋਕਦਾ, ਸਜਦਾ ਕਰਕੇ ਬੰਦਾ ਲੰਘਦਾ। ਬਾਬਾ ਨੌਦ ਸਿੰਘ ਇਸ ਮਿਸਲ ਦੇ ਵਿੱਚ ਨੰਬਰ 2 ਜਥੇਦਾਰ ਸੀ। ਪਹਿਲੇ ਨੰਬਰ 'ਤੇ ਬਾਬਾ ਦੀਪ ਸਿੰਘ ਆ, ਦੂਜੇ ਨੰਬਰ ਉੱਤੇ ਬਾਬਾ ਨੌਦ ਸਿੰਘ ਆ। ਪਰ ਜਿਹੜੀ ਰੋਚਕ ਗੱਲ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਨੀ ਆ, ਦਿਲਚਸਪ ਚੀਜ਼ ਜਿਹੜੀ ਰੱਖਣੀ ਆ, ਉਹ ਇਹ ਆ, ਬਾਬਾ ਨੌਦ ਸਿੰਘ ਦਾ ਪਿੰਡ ਆ ਚੀਚਾ ਭਕਣਾ, ਪਿੰਡ ਚੀਚਾ ਵਾ, ਚੀਚਾ ਭਕਣਾ ਆਪਾਂ ਇਕੱਠਾ ਕਹਿ ਦਿੰਦੇ ਹਾਂ। ਅੰਮ੍ਰਿਤਸਰ ਤੋਂ ਜਦੋਂ ਅਟਾਰੀ ਵਾਹਗਾ ਬਾਰਡਰ ਨੂੰ ਜਾਈਏ ਨਾ, ਹਾਈਵੇ ਦੇ ਉੱਤੇ, ਜੀ ਟੀ ਰੋਡ ਦੇ ਉੱਤੇ, ਗੁਰਦੁਆਰਾ ਛਿਆਟਰਾ ਸਾਹਿਬ ਦਾ ਨਾਂ ਤੁਸੀਂ ਸੁਣਿਆ ਹੋਊਗਾ, 6ਵੇਂ ਪਾਤਸ਼ਾਹ ਦਾ ਸਥਾਨ ਹੈ। ਛਿਆਟਰਾ ਸਾਹਿਬ ਤੋਂ ਤਕਰੀਬਨ 15 ਕਿਲੋਮੀਟਰ ਦੀ ਵਿੱਥ ਉੱਤੇ, 20 ਕਿਲੋਮੀਟਰ ਦੀ ਵਿੱਥ ਉੱਤੇ, ਦੋ ਇਕੱਠੇ ਪਿੰਡ ਆ ਚੀਚਾ ਭਕਣਾ, ਭਕਣਾ ਪਿੰਡ ਆ ਬਾਬੇ ਸੋਹਣ ਸਿੰਘ ਭਕਣੇ ਦਾ, ਗਦਰੀ ਬਾਬਿਆਂ ਦਾ, ਜਿਹਨੇ ਕਰਤਾਰ ਸਿੰਘ ਸਰਾਭੇ ਦੇ ਨਾਲ ਮਿਲ ਕੇ ਕੰਮ ਕੀਤਾ ਸੀ, ਉਹਦੇ ਲਾਗੇ ਪਿੰਡ ਆ ਚੀਚਾ। ਲੱਦੇ ਨੰਬਰਦਾਰ ਦਾ ਪੋਤਿਆ ਬਾਬਾ ਨੌਦ ਸਿੰਘ। ਜੇ ਵੱਡੀ ਗੱਲ ਇਹ, ਰਿਸ਼ਤੇਦਾਰੀ ਦੇ ਸਾਕ ਦੇ ਸੰਬੰਧੋਂ ਬਾਬਾ ਦੀਪ ਸਿੰਘ ਦਾ ਮਾਸੀ ਦਾ ਪੁੱਤ ਲੱਗਦਾ ਵਾ ਬਾਬਾ ਨੌਦ ਸਿੰਘ, ਸਕੀ ਮਾਸੀ ਦਾ ਪੁੱਤ। ਬਾਬੇ ਦੀਪ ਸਿੰਘ ਦੀ ਉਮਰ 75 ਸਾਲ ਆ, ਹੈਰਾਨ ਹੋਵੋਗੇ, ਬਾਬੇ ਨੌਦ ਸਿੰਘ ਦੀ ਉਮਰ ਸ਼ਹੀਦ ਹੋਣ ਵੇਲੇ 95 ਸਾਲ ਆ, 5 ਘੱਟ 100। ਹੁਣ ਇਹ ਗੱਲ ਮੰਨਣੀ ਪਊਗੀ ਵੀ ਗੱਲ ਜਦੋਂ ਦਰਬਾਰ ਸਾਹਿਬ ਦੀ ਆਉਣੀ ਆ, ਗੱਲ ਜਦੋਂ ਗੁਰਧਾਮਾਂ ਦੀ ਆਉਣੀ ਆ, ਫਿਰ ਲੜਨ ਵਾਲਿਆਂ ਦੀ ਉਮਰਾਂ ਦੇ ਲਿਹਾਜ਼ ਖਤਮ ਹੋ ਜਾਣੇ ਆ, ਉਮਰਾਂ ਦੇ ਲਿਹਾਜ਼ ਖਤਮ ਹੋ ਜਾਣੇ ਆ। ਇੱਥੇ 7 ਸਾਲ ਦਾ ਬੱਚਾ ਵੀ ਦੀਵਾਰ 'ਚ ਚਿਣ ਕੇ ਸ਼ਹਾਦਤ ਦੇਵੇਗਾ, ਇੱਥੇ 95 ਸਾਲਾਂ ਦਾ ਬਾਬਾ ਨੌਦ ਸਿੰਘ ਲੜ ਕੇ ਵੀ ਸ਼ਹਾਦਤ ਦੇਵੇਗਾ, ਇੱਥੇ 19 ਸਾਲਾਂ ਦਾ ਅਜੀਤ ਸਿੰਘ ਵੀ 10 ਲੱਖ ਦਾ ਮੂੰਹ ਭੰਨਦਾ। ਉਮਰਾਂ ਨਾ ਥੋੜ੍ਹਾ ਕੁਝ, ਗੱਲ ਉਮਰਾਂ ਦੀ ਨਹੀਂ, ਉਮਰ 'ਤੇ ਜਿੰਨੀ ਜਿੰਨੀ ਵੈਲਿਡਿਟੀ ਕਿਸੇ ਨੂੰ ਮਿਲੀ ਆ, ਉੱਨੀ ਉੱਨੀ ਕਿਸੇ ਨੇ ਭੋਗ ਜਾਣਾ ਹੈ। ਜਵਾਨੀ ਦਾ ਉਮਰ ਦੇ ਨਾਲ ਸੰਬੰਧ ਹੈ, ਪਰ ਜਦੋਂ ਸਰੀਰ ਢਲਦਾ ਹੈ, ਤੰਦਰੁਸਤੀ ਮਾਨਸਿਕ ਤੌਰ 'ਤੇ ਵੀ ਬੰਦੇ ਨੂੰ ਕਈ ਵਾਰੀ ਜਵਾਨ ਰੱਖਦੀ ਹੈ। ਹੁਣ ਜਿਹਨਾਂ ਬਹਾਦਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਰੀਰਕ ਰੂਪ 'ਚ ਭਾਵੇਂ ਢਲ ਚੁੱਕੇ ਆ, ਪਰ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾ ਹੀ, ਮਨ ਜਵਾਨ ਚਾਹੀਦਾ। ਉਮਰ ਦੀ ਕਿਹੜੀ ਗੱਲ, ਕੌਮੀ ਪਰਵਾਨੇ ਲੜ ਰਹੇ ਨੇ, ਜੂਝ ਰਹੇ ਨੇ। ਹੁਣ ਉਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਸ਼ੁਰੂ ਦੇ ਵਿੱਚ, ਕਿ ਬਾਬਾ ਦੀਪ ਸਿੰਘ ਨੂੰ ਉਹਦੇ ਭਤੀਜੇ ਨੇ ਜਾ ਕੇ ਦੱਸਿਆ, ਉਹ ਭਤੀਜਾ ਕੋਈ ਹੋਰ ਨਹੀਂ ਸੀ, ਇਸੇ ਬਾਬੇ ਨੌਦ ਸਿੰਘ ਦਾ ਪੁੱਤ ਸੀ, ਅਤੇ ਬਾਬਾ ਨੌਦ ਸਿੰਘ ਮਾਸੀ ਦਾ ਪੁੱਤ ਭਰਾ ਲੱਗਾ, ਅਤੇ ਭਰਾ ਦਾ ਪੁੱਤ ਭਤੀਆ ਲੱਗਾ, ਇੱਦਾਂ ਉਹ ਬਾਬਾ ਸੱਦਾ ਸਿੰਘ ਭਤੀਜਾ ਲੱਗਣਾ ਬਾਬੇ ਦੀਪ ਸਿੰਘ ਦਾ। ਅਗਲੇ ਬੰਨੇ ਆ ਜਾਓ, ਅਸਥਾਨ ਆ ਟਾਹਲਾ ਸਾਹਿਬ, ਇੱਥੇ ਆ ਕੇ ਆਖਰੀ ਜੰਗ ਹੋਣ ਲੱਗਾ।
ਆਖਰੀ ਵਾਰ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। 75 ਸਾਲਾਂ ਦਾ ਬਾਬਾ, ਉਹਨੂੰ ਘੇਰਨ ਵਾਸਤੇ ਵੱਡੇ ਵੱਡੇ ਸੂਰ ਬੇਰ ਆਏ, 18 ਸੇਰ ਦਾ ਖੰਡਾ ਫਿਰਦਾ ਹੈ। 2 ਸ਼ਸਤਰ ਨੇ ਬਾਬਾ ਦੀਪ ਸਿੰਘ ਦੇ ਹੱਥ 'ਚ ਬਣੇ, ਫੜਿਆ ਹੋਇਆ ਖੰਡਾ, ਤੇ ਬਾਬਾ ਬਚਿੱਤਰ ਸਿੰਘ ਦੇ ਹੱਥ 'ਚ ਫੜਿਆ ਨਾਗਣੀ ਬਰਛਾ, ਜਿਹਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ। ਇਹ ਦੋਵੇਂ ਸ਼ਸਤਰ ਇੱਕੋ ਬੰਦੇ ਨੇ, ਇੱਕੋ ਟਾਈਮ ਇੱਕੋ ਘਰ 'ਚ ਬਣਾਏ ਆ। ਇਹ ਦੋਵੇਂ ਸ਼ਸਤਰ ਬਣੇ ਆ ਪਿੰਡ ਸੁਰ ਸਿੰਘ ਦੇ ਵਿੱਚ। ਪਿੰਡ ਸੁਰ ਸਿੰਘ ਦੇ ਵਿੱਚ ਬਣਾਉਣ ਵਾਲਾ ਇਹਨਾਂ ਨੂੰ ਹੈਗਾ ਸੀ ਬਾਬਾ ਹਰਦਾਸ ਸਿੰਘ। ਬਾਬੇ ਹਰਦਾਸ ਸਿੰਘ ਦਾ ਬਣਿਆ ਹੀ ਖੰਡਾ ਵਾ, ਬਾਬੇ ਹਰਦਾਸ ਸਿੰਘ ਦਾ ਬਣਿਆ ਨਾਗਣੀ ਬਰਛਾ ਵਾ, ਤੇ ਬਾਬੇ ਹਰਦਾਸ ਸਿੰਘ ਦਾ ਪੋਤਿਆ ਗਿਆਨੀ ਭਗਵਾਨ ਸਿੰਘ, ਤੇ ਗਿਆਨੀ ਭਗਵਾਨ ਸਿੰਘ ਦਾ ਪੋਤਿਆ ਜੱਸਾ ਸਿੰਘ ਰਾਮਗੜੀਆ। ਜਾਣੀ ਕਿ ਜੱਸਾ ਸਿੰਘ ਰਾਮਗੜੀਏ ਦੇ ਦਾਦੇ ਦੇ ਹੱਥਾਂ ਦਾ ਬਣਿਆ ਉਹ ਖੰਡਾ, ਜੱਸਾ ਸਿੰਘ ਰਾਮਗੜੀਏ ਦੇ ਦਾਦੇ ਦੇ ਹੱਥਾਂ ਦਾ ਬਣਿਆ ਹੀ ਨਾਗਣੀ ਬਰਛਾ ਵਾ, ਜਿਹੜਾ ਬਹਾਦਰ ਯੋਧਿਆਂ ਦੇ ਹੱਥਾਂ 'ਚ ਆਇਆ। ਅਮਾਨ ਖਾਂ ਆਇਆ, ਇੱਕ ਬੰਨੇ 25 ਸਾਲ ਦਾ ਜਵਾਨ, ਇੱਕ ਬੰਨੇ 75 ਸਾਲ ਦਾ ਬਾਬਾ। ਇੱਕ ਨੇ ਯਾ ਅੱਲਾ ਹੂ ਅਕਬਰ ਦਾ ਨਾਰਾ ਲਾਇਆ, ਇੱਕ ਨੇ ਸੱਤ ਕਰਤਾਰ ਦਾ ਜੈਕਾਰਾ ਲਾਇਆ। ਬਹਾਦਰਾਂ ਦੇ ਮੱਥੇ 'ਤੇ ਪਈਆਂ ਤੂੜੀਆਂ, ਉਹਨਾਂ ਦੀਆਂ ਅੱਖਾਂ ਵਿੱਚ ਆਈਆਂ ਲਾਲੀਆਂ, ਆਪਣੇ ਗੁਰਧਾਮਾਂ ਦੀ ਰਾਖੀ ਵਾਸਤੇ ਜੂਝਦਿਆਂ ਕੌਮੀ ਪਰਵਾਨੇ ਦੁਸ਼ਮਣ ਦਲਾਂ ਦਾ ਮੁਕਾਬਲਾ ਕਰ ਰਹੇ ਨੇ, ਕੌਮ ਦੇ ਜਥੇਦਾਰ ਦਾ ਮੁਕਾਬਲਾ ਇੱਕ ਭਰ ਜਵਾਨ ਅਮਾਨ ਖਾਂ ਦੇ ਨਾਲ। ਹੇ Thank you.
ਭੀਮ ਦਰਿਓ ਦਰ ਟਕਰੇ ਸਾਡਾ ਗੁਰਜਾਂ ਦਾ ਹੋਇਆ ਖੜਕਾਰ ਏਡਾ ਢਾਲਾ ਆ ਹੋ ਮੇਰੀ ਦਾਦ ਓਏ ਏਡਾ ਢਾਲਾ ਉੱਤੇ ਇਸ ਤਰ੍ਹਾਂ ਪੈਂਦੀਆਂ ਅੱਜ ਘਾਰੀ ਕਰਨ ਠੱਠਿਆਰ ਆਪਣਾ ਸੀਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿੰਦੇ ਨੇ। ਇਹ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਕੁਝ ਅੰਸ਼ ਇਤਿਹਾਸ ਦੇ ਪੰਨੇ ਜੋ ਤੁਹਾਡੇ ਚਰਨਾਂ 'ਚ ਬਿਣੇ ਕੀਤੇ ਆ। ਸਮੇਂ ਦੀ ਸਮਾਪਤੀ ਆ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਧੰਨਵਾਦ ਗੁਰੂ ਕੀ ਸਨਮਾਨਯੋਗ ਸੰਗਤ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਸੇਵਕ ਜਥਾ, ਸਾਰੇ ਸਨਮਾਨਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ।